ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ ਦੋਸਤੋ। ਅੱਜ ਆਪਾਂ ਪਹੁੰਚੇ ਹਾਂ ਪਿੰਡ ਵਜੀਦਪੁਰ ਭੌਮਾ। 160 ਸਾਲ ਪੁਰਾਣਾ ਇਹ ਪਿੰਡ ਹੈ, ਬਹੁਤ ਵੱਡੀ ਵਿਰਾਸਤ ਸੰਭਾਲੀ ਬੈਠਾ ਹੈ। ਇਹਦੇ ਵਿੱਚ ਕਈ ਮੰਦਿਰ ਨੇ, ਮਸਜਿਦ ਹੈ, ਚਰਚ ਹੈ, ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਨੇ ਅਤੇ ਖੂਹ ਵੀ ਹੈਗਾ। ਬਹੁਤ ਸਾਰੀ ਜਾਣਕਾਰੀ ਲੈ ਕੇ ਅਸੀਂ ਇਸ ਪਿੰਡ ਤੋਂ ਹਾਜ਼ਰ ਹੈਗੇ ਹਾਂ। ਆ ਜਾਓ ਆਪਾਂ ਪਿੰਡ ਦੇ ਅੰਦਰ ਚੱਲਦੇ ਹਾਂ ਅਤੇ ਤੁਹਾਨੂੰ ਦਿੰਦੇ ਹਾਂ ਸਾਰੇ ਪਿੰਡ ਬਾਰੇ ਜਾਣਕਾਰੀ। ਦੋਸਤੋ, ਪਿੰਡ ਬਹੁਤ ਵੱਡੀ ਵਿਰਾਸਤ ਸੰਭਾਲੀ ਬੈਠਾ ਹੈ। ਇਸ ਪਿੰਡ ਨੂੰ ਬਹੁਤ ਕੁਛ ਮਿਲਿਆ। ਪਿੰਡ ਦੀ ਸ਼ੁਰੂਆਤ ਕਿਵੇਂ ਹੋਈ, ਸਾਰੀਆਂ ਜਾਣਕਾਰੀਆਂ ਅਸੀਂ ਦੇਵਾਂਗੇ ਅੱਜ ਇਸ ਵੀਡੀਓ ਦੇ ਵਿੱਚ। ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਜੇ ਤਾਂ ਕਿ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ, ਆਪਣੇ ਜਿਹੜੇ ਬੱਚੇ ਆ, ਉਹਨਾਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲ ਸਕੇ ਕਿ ਇਸ ਪਿੰਡ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਕਿਵੇਂ ਹੋਈ ਸੀ ਅਤੇ ਇਸ ਪਿੰਡ ਦਾ ਹੁਣ ਵਜੂਦ ਕੀ ਹੈਗਾ ਅਤੇ ਇਸ ਪਿੰਡ ਦੇ ਵਿੱਚ ਕਿੰਨਾ ਭਾਈਚਾਰਾ ਰਹਿੰਦਾ ਅਤੇ ਇਸ ਪਿੰਡ ਦੇ ਵਿੱਚ ਹੁਣ ਕੀ ਕੁਛ ਸਮੱਸਿਆਵਾਂ ਹੈਗੀਆਂ ਨੇ, ਤਾਂ ਕਿ ਸਰਕਾਰਾਂ ਤੱਕ ਵੀ ਇਹ ਗੱਲ ਪਹੁੰਚ ਸਕੇ ਅਤੇ ਆਪਣੇ ਬੱਚਿਆਂ ਨੂੰ, ਆਪਣੇ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਪਿੰਡ ਵਜੀਦਪੁਰ ਭੌਮਾ, ਇਹ ਪਿੰਡ ਵਜੀਦਪੁਰ ਭੌਮਾ ਰਾਜਸਥਾਨ ਦੀ ਸਰਹੱਦ ਦੇ ਵਿੱਚ ਹੈਗਾ। ਇੱਕ ਪਾਸੇ ਸੜਕ ਹੈਗੀ ਹੈ ਰਾਜਸਥਾਨ ਨੂੰ, ਇੱਕ ਪਾਸੇ ਸੜਕ ਹੈਗੀ ਹੈ ਪੰਜਾਬ ਨੂੰ। ਬਹੁਤ ਹੀ ਵਧੀਆ ਪਿੰਡ ਹੈਗਾ। ਆ ਜਾਓ ਆਪਾਂ ਘੁਮਾਈਏ ਕੈਮਰੇ ਦੀ ਨਜ਼ਰ ਨਾਲ, ਤੁਸੀਂ ਦੇਖਿਆ ਜੇ ਵੀ ਆਪਣਾ ਪਿੰਡ ਕਿੰਨਾ ਵਧੀਆ ਹੈਗਾ। ਦੋਸਤੋ, ਸੰਨ 1857 ਵਿੱਚ ਵਸੇ ਪਿੰਡ ਵਜੀਦਪੁਰ ਭੌਮਾ ਵਿੱਚ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਹੈ। ਇਸ ਪਿੰਡ ਨੂੰ ਵਜੀਦ ਖਾਨ ਅਤੇ ਭੌਮਾ ਰਾਮ ਨੇ ਵਸਾਇਆ ਸੀ। ਬਾਅਦ ਵਿੱਚ ਜੱਟ ਸਿੱਖ ਇਸ ਪਿੰਡ ਵਿੱਚ ਆਏ। ਜਦ ਇਹ ਪਿੰਡ ਵਸਿਆ ਤਾਂ 4 ਪੱਤੀ ਜੱਟ ਸਿੱਖਾਂ ਦੀ, ਜਿਸ ਵਿੱਚ ਰਾਇਆ ਪੱਤੀ, ਰਾਮਾ ਪੱਤੀ, ਜਾਮ ਪੱਤੀ ਅਤੇ ਲਾਲੂ ਕੀ ਪੱਤੀ ਆਏ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਮਜ਼੍ਹਬੀ ਸਿੱਖਾਂ ਦੇ ਦੋ ਵਿਹੜੇ, ਬਿਸ਼ਨੋਈ ਮੁਹੱਲਾ ਅਤੇ ਮੇਘਵਾਲਾਂ ਦਾ ਮੁਹੱਲਾ ਵੀ ਹੈ। ਇਸ ਪਿੰਡ ਦੇ ਇੱਕ ਪਾਸੇ ਸਿੱਤੋ ਗੁਨੋ, ਦੂਜੇ ਪਾਸੇ ਬਿਸ਼ਨਪੁਰਾ, ਤਰਮਾਲਾ ਅਤੇ ਕਈ ਹੋਰ ਪਿੰਡ ਲੱਗਦੇ ਹਨ। ਰਾਜਸਥਾਨ ਦੇ ਬਾਰਡਰ ਤੇ ਵਸਿਆ ਇਹ ਪਿੰਡ ਫਸਲਾਂ ਦੇ ਮਾਮਲੇ 'ਚ ਕਾਫ਼ੀ ਸਮਰਿੱਧ ਹੈ। ਅਬੋਹਰ ਤੋਂ ਚੱਲਣ ਵਾਲੀਆਂ ਬੱਸਾਂ ਵੀ ਇਸ ਪਿੰਡ ਤੋਂ ਹੋ ਕੇ ਰਾਜਸਥਾਨ ਦੇ ਪਿੰਡਾਂ ਨੂੰ ਜਾਂਦੀਆਂ ਹਨ। ਆਜ਼ਾਦੀ ਦੇ ਦੌਰ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚ ਭਾਵੇਂ ਇੱਕ ਤੋਂ ਵੱਧ 2-3 ਗੁਰਦੁਆਰਾ ਸਾਹਿਬ ਹੋਣਗੇ, ਪਰ ਇਸ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹਨ, ਇੱਕ ਹੀ ਸ਼ਮਸ਼ਾਨ ਘਾਟ ਹੈ ਅਤੇ ਇੱਕ ਹੀ ਖੂਹ ਹੈ, ਜੋ ਇਹ ਦਰਸਾਉਂਦੇ ਹਨ ਕਿ ਪਿੰਡ ਨੇ ਜਾਤ ਬਿਰਾਦਰੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਨੂੰ ਮਹੱਤਵ ਦਿੱਤਾ ਹੈ। ਅਬੋਹਰ ਦੇ ਇਸ ਪਿੰਡ ਤੋਂ ਡਾਕਟਰਾਂ ਦੀ ਗਿਣਤੀ ਵੀ ਦੂਸਰੇ ਪਿੰਡਾਂ ਨਾਲੋਂ ਜ਼ਿਆਦਾ ਹੈ। ਇਸ ਪਿੰਡ ਵਿੱਚ ਕਈ ਮੰਦਿਰ, ਗੁਰਦੁਆਰਾ ਸਾਹਿਬ, ਮਸਜਿਦ ਵੀ ਹਨ, ਜਿੱਥੇ ਸਾਰੇ ਪਿੰਡ ਦੇ ਲੋਕ ਸਮੇਂ-ਸਮੇਂ ਉੱਪਰ ਇਕੱਠੇ ਹੁੰਦੇ ਹਨ। ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਪਿੰਡ ਦਾ ਇਤਿਹਾਸ। ਦੋਸਤੋ, ਇਸ ਵਕਤ ਸਾਡੇ ਨਾਲ ਨੇ ਸੁਖਮੰਦਰ ਸਿੰਘ ਜੀ, ਕਿਸਾਨ ਲੀਡਰ ਵੀ ਨੇ ਤੇ ਪਿੰਡ ਵਾਸੀ ਵੀ ਨੇ। ਆਪਾਂ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਇਹਨਾਂ ਤੋਂ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਜੀ। ਅਸੀਂ 1857 ਦੀ ਗਦਰ ਵਿਆਹ ਦੇ ਵਿੱਚ ਜੱਟਾਂ ਦੀਆਂ ਦੋ ਬਰਾਦਰੀਆਂ, ਢਿੱਲੋਂ ਤੇ ਬਰਾੜ, ਅਸੀਂ ਜਦੋਂ ਦਬੜੀ ਖਾਣੇ ਤੋਂ 1857 ਵਿੱਚ ਗਦਰ ਵਿਆਹ ਦੇ ਵਿੱਚ ਸਾਨੂੰ ਅੰਗਰੇਜ਼ਾਂ ਨੇ ਉੱਥੇ ਜਾੜਿਆ ਗਿਆ, ਤਾਂ ਉੱਥੇ ਇੱਕ ਸ਼ਾਮ ਸਿੰਘ ਨਾਂ ਦਾ ਸੰਤ ਸੀ, ਉਹਨੂੰ ਸ਼ਾਮਦਾਰ ਸਾਹਿਬ ਵੀ ਕਹਿੰਦੇ ਸੀ। ਉਹ ਵੀ ਇਨਕਲਾਬੀ ਸੀ, ਉਹਦੇ ਕਹਿਣ ਦੇ ਉੱਤੇ ਮਤਲਬ ਅਸੀਂ ਮਾਲਵਾ ਨੂੰ ਭਰਦੇ ਸੀ, ਤਾਂ ਅੰਗਰੇਜ਼ਾਂ ਨੇ ਸੋਚਿਆ ਵੀ ਆਪਾਂ ਉਹਦੇ ਆ ਕੇ, ਉਹਨਾਂ ਨੇ ਚਵਾਰੇ ਦੇ ਵਿੱਚ ਜਦੋਂ ਚੋਰ ਚਲਾ ਤੀ, ਤਾਂ ਉਦੋਂ ਬਾਅਦ ਫਿਰ ਉਹਨੇ ਮਤਲਬ ਆਪਦੀ ਰਾਈਫਲ ਦੇ ਨਾਲ ਖੁਦਕੁਸ਼ੀ ਕਰ ਲਈ। ਤੇ ਸਾਡਾ ਪਿੰਡ ਸੀ ਜਿਹੜਾ ਸਾਰਾ, ਉਹਦੇ ਵਿੱਚ ਢਿੱਲੋਂ ਤੇ ਬਰਾੜ, ਵੱਡੀ ਗਿਣਤੀ ਵਿੱਚ ਬਰਾੜ ਦੇ ਢਿੱਲਵਾਂ ਦਾ ਇੱਕ ਘਰ, ਜਿਹੜਾ ਇੱਥੇ ਉਹਨਾਂ ਦਾ ਬਜ਼ੁਰਗ ਦਾ ਨਾਂ ਖੁਸ਼ਹਾਲ ਸਿੰਘ ਸੀ, ਉਹ ਵਜੀਦਪੁਰ ਵੱਲ ਆ ਗਏ। ਕੁਛ ਸਾਡੇ ਬਰਾੜ ਬੰਡ ਵਾਲਾ ਖਾਤਾ, ਜਿੰਨਾ ਵੀ ਇੱਕ ਕਿਤਾਬ ਲਿਖੀ ਵੀ ਹੈ, ਜੇਈ ਸਾਹਿਬ ਨੇ ਸਾਡੇ, ਮੇਰੇ ਚਾਚਾ ਵੀ ਲੜਦੇ ਨੇ, ਸਰਦਾਰ ਨਰ ਸਿੰਘ ਦੀ ਬਰਾੜ, ਤੇ ਕੁਛ ਸਾਡੇ ਘਰ ਭਾਈ ਢਾਵਾੜਾ ਬੋਤੇ ਦੇ ਕੋਲੇ ਲਾਲ ਦੇ, ਉਹ ਸਾਡੇ ਜਿਹੜੇ ਢਿੱਲੋਂ ਬਰਾੜ ਦੀ ਵੱਡੀ ਗਿਣਤੀ ਹੈ ਜਿਹੜੀ ਤੇ ਬਰਾੜਾਂ ਦੀ, ਉਹ ਇਤਿਹਾਸਕਾਰ ਲਿਖਦਾ ਵੀ ਮਾਝੇ ਤੇ ਪਟਿਆਲੇ ਦੇ ਪਿੰਡਾਂ 'ਚ ਜਾ ਕੇ ਵੱਸ ਗਏ, ਮਾਝੇ ਪਟਿਆਲੇ ਦੇ ਪਿੰਡਾਂ ਦਬੜੀ ਖਾਣੇ ਨਾਲ ਸੰਬੰਧਿਤ ਹੈ ਜਿਹੜੇ, ਤੇ ਕੁਛ ਫਿਰ ਬਜ਼ੁਰਗ, ਇੱਕ ਬਸਵੰਦੀ, ਇੱਕ ਬਜ਼ੁਰਗ ਪੱਕਾ ਕਲਾਂ ਜਿਹੜਾ ਉੱਠਦਾ ਸੀਗਾ, ਇਸ ਤਰ੍ਹਾਂ ਕਰਕੇ ਅਸੀਂ ਖਿਲਰ ਗਏ। ਸਾਡੇ ਨਾਲ ਜਿਹੜੇ ਭਾਈਚਾਰੇ ਆਏ ਹੈ, ਸਾਡੇ ਨਾਲ ਮਜ਼੍ਹਬੀ ਸਿੱਖਾਂ ਦੇ
ਆਉਣ ਪੰਡਿਆਰ ਗੋਤ ਤੇ ਗਿੱਲ ਗੋਤ ਦੋ ਬਰਾਦਰੀਆਂ ਸਾਡੇ ਨਾਲ ਇਹਨਾਂ ਨੇ ਆ ਕੇ ਪਿੰਡ ਦੀ ਜਾ ਕੇ ਆਏ ਹੈ। ਮਿਸਤਰੀ ਸਿੱਖਾਂ ਦਾ ਭਾਈਚਾਰਾ ਜਿਹੜਾ ਭਾਈਕੇ ਪੁੰਨੀਆਂ ਦਾ ਉਹ ਸਾਡੇ ਨਾਲ ਆਇਆ। ਬਾਂਸਲ ਬਾਣੀ ਅਗਰਵਾਲ ਬਾਣੀ ਇਸੇ ਦਾ ਸੀਗੇ। ਬਾਂਸਲਾਂ ਦਾ ਪਰਿਵਾਰ ਸਾਡੇ ਨਾਲ ਦੌੜੀ ਖਾਣੀ ਪਿੱਛੇ ਆ ਕੇ ਮਿਸਿਆ। ਰਾਜੇ ਸਿੱਖ ਗਿੱਲਾਂ ਦਾ ਪਰਿਵਾਰ ਹੈ ਜਿਹੜਾ ਗਿੱਲ ਗੋਤ ਰਾਜੇ ਸਿੱਖਾਂ ਦਾ ਉਹ ਆ ਕੇ ਵਸਿਆ। ਮਹਿਰੇ ਸਿੱਖ ਜਿਹੜੇ ਸਾਡੇ ਉਹ ਪਠਿਆਰਾ ਗੋਤ ਹੈ ਮੱਛੇ ਨਾਲ ਉਹ ਵੀ ਸਾਡੇ ਨਾਲ ਇੱਥੇ ਆ ਕੇ ਉਹਨਾਂ ਦਾ ਬਜ਼ੁਰਗ ਵਸਿਆ ਸੀਗਾ। ਪੰਡਿਤ ਬਰਾਦਰੀਆਂ ਜਿਹੜੀ ਪੰਡਿਤਾਂ ਦੀਆਂ ਦੋ ਬਰਾਦਰੀਆਂ ਇੱਥੇ ਜਿਹੜੇ ਮਾਰ ਕੰਡੇ ਪੰਡਿਤ ਹੈ ਉਹ ਇੱਥੇ ਆ ਕੇ ਸਾਡੇ ਨਾਲ ਉਹਨਾਂ ਨੇ ਪਿੰਡ ਬੰਨਿਆ ਸੀ ਅਤੇ ਪਿੰਡ ਦਾ ਨਕਸ਼ਾ ਵੀ ਉਹਨਾਂ ਨੇ ਕੱਟਿਆ ਸੀਗਾ। ਸੋਨੀ ਆ ਜਿਹੜੇ ਸਮਾਰ ਖੁਰਮੀ ਗੋਤ ਦੇ ਉਹ ਬਰਾਦਰੀਆਂ ਸਾਡੇ ਨਾਲ ਆ ਕੇ 1857 ਦੀ ਗਦਰ ਲਹਿਰ ਦੇ ਵਿੱਚ ਅਸੀਂ ਇੱਥੇ ਆਏ ਜਦੋਂ ਤਾਂ ਇਹ ਜਿਹੜਾ ਜੱਦੀ ਪੁਸ਼ਤੀ ਪਿੰਡ ਸੀ ਇਹ ਮਜੀਦ ਖਾਨ ਮੁਸਲਮਾਨ ਦਾ ਸੀ। ਫਿਰ ਚੌਧਰੀ ਭੁੰਮਾ ਰਾਮ ਜੀ ਪੂਣੀਆਂ ਨੇ ਜਿਹੜਾ ਸਾਰਾ ਪਿੰਡ ਉਹ ਉਸ ਤੋਂ ਦੱਸਣ ਦੇ ਮੁਤਾਬਕ ਮੁੱਲ ਲੈ ਲਿਆ ਸੀ। ਸਾਰੀ ਜ਼ਮੀਨ ਸੀ ਜਿਹੜੀ ਉਹ ਬਾਬਾ ਭੁੰਮਾ ਰਾਮ ਜੀ ਪੂਣੀਆਂ ਦੀ ਸੀ। ਮਾਲਕੀ ਸਾਰੀ ਇਹ ਸਾਥੋਂ ਪਹਿਲਾਂ ਪੂਣੀਆਂ ਦੀ ਸੀਗੀ। ਤਾਂ ਇੱਥੇ ਜਿਹੜੇ ਬਜ਼ੁਰਗ ਸਾਡੇ ਜਾਂਦੇ ਸੀ ਉਹਨੂੰ ਰੋਕ ਕੇ ਭਾਈ ਪੂਣੀ ਪੁੱਛਿਆ ਕਿ ਕਿੱਧਰ ਜਾਂਦੇ। ਉਹਨਾਂ ਨੇ ਸਾਰੀ ਹਕੀਕਤ ਦੱਸੀ ਤਾਂ ਉਹਨੇ ਕਿਹਾ ਵੀ ਤੁਸੀਂ ਇੱਥੇ ਮੇਰੇ ਕੋਲ ਵਾਹੀ ਕਰ ਲਓ, ਮੇਰੇ ਕੋਲ ਰਹੋ, ਮੈਂ ਕਰਨਾ ਹੈ। ਅਤੇ ਇਸ ਕਰਕੇ ਫਿਰ ਉਹਨੇ ਮਤਲਬ ਸਾਨੂੰ ਜ਼ਮੀਨ ਵਾਹੁਣ ਨੂੰ ਜਿਲ੍ਹਾ ਚੜ੍ਹਦੇ ਵਾਲਾ ਪਾਸਾ ਦੇਤਾ ਸੀ। ਅਤੇ ਹੌਲੀ 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 ਸਮਾਂ ਪਾ ਕੇ ਜਦੋਂ ਸਾਡੇ ਬਜ਼ੁਰਗ ਜਿਹੜੇ ਜਿਹੜੇ ਵੀ ਦੂਰ ਗਏ ਸੀ ਉਹਨਾਂ ਨੂੰ ਪਾਲ ਕੇ ਲਿਆਏ ਤਾਂ ਫਿਰ ਸਾਨੂੰ 40 ਖਾਤਿਆਂ 'ਚ ਜ਼ਮੀਨ ਸੀ ਜਿਹੜੀ 40-40 ਖਾਤੇ 40 ਵਿਘਿਆਂ ਦੇ 1600 ਵਿਘਾ ਪੰਦਰਾਂ ਪੂਣੀਆਂ ਜੀ ਨੇ ਸਾਨੂੰ ਜ਼ਮੀਨ ਉਹ ਦੇ ਦਿੱਤੀ ਸੀ ਵੀ ਤੁਸੀਂ ਪੱਕੇ ਤੌਰ 'ਤੇ ਲਓ, ਤਬਾਹੀ ਕਰੋ। ਉਦੋਂ ਤੋਂ ਅਸੀਂ ਇੱਥੇ ਵਸੇ ਹੋਏ ਹਾਂ। ਅਸੀਂ ਗਦਰ ਲਹਿਰ ਦੇ ਬਾਗੀਆਂ ਬਗਾਵਤ ਕਰਕੇ ਮਤਲਬ ਅੰਗਰੇਜ਼ਾਂ ਦੇ ਨਾਲ ਟੱਕਰ ਲੈ ਕੇ ਇਹ ਪਿੰਡ ਵਸਾਇਆ। ਅਜੇ ਵੀ ਸਾਡੇ ਜਿਹੜੇ ਪਿੰਡ ਵਸਦੇ ਹੈ ਜੰਡ ਵਾਲੇ ਖਾਤੇ 'ਚ ਹੈ, ਭਾਈਕੇ ਵਾੜੇ 'ਚ ਹੈ, ਉਹ ਬੈਠੇ ਹੈ। ਜਿਹੜੀਆਂ ਸਾਡੇ ਪਿੰਡ ਦੀਆਂ 4 ਪੱਤੀਆਂ ਮੇਨ ਹੈ ਜੀ, ਜਿਹੜੀ ਤਾਹਾ ਪੱਤੀ ਹੈ ਗੁਰਦੁਆਰਾ ਸਾਹਿਬ ਦੇ ਮੇਲ ਵਾਲੀ ਤਾਂ ਰਾਜਾ ਪੱਤੀ ਵੱਜਦੀ ਹੈ। ਉਸ ਤੋਂ ਅੱਗੇ ਜਿਹੜੀ ਚੜ੍ਹਦੇ ਵਾਲੇ ਪਾਸੇ ਨੂੰ ਇਹ ਪੱਤੀ ਇਹ ਰਾਮਾ ਪੱਤੀ ਵੱਜਦੀ ਹੈ। ਜਿਹੜੀ ਦੂਸਰੇ ਪਾਸੇ ਰੋਹ ਵਾਲੇ ਪਾਸੇ ਆ ਉਹ ਜਾਮ ਪੱਤੀ ਵੱਜਦੀ ਹੈ। ਜਿਹੜੀ ਆ ਛੱਪੜ ਵਾਲਾ ਪਾਸਾ ਇਹ ਲਾਲੂ ਕੀ ਪੱਤੀ ਵੱਜਦੀ ਹੈ। ਦੋ ਵਿਹੜੇ ਆ, ਇੱਕ ਪਲਾਟਾਂ ਵਾਲਾ ਵਿਹੜਾ ਵੱਜਦਾ, ਇੱਕ ਛੱਪੜੀ ਵਾਲਾ ਵਿਹੜਾ ਵੱਜਦਾ। ਤੇ ਜਿਹੜਾ ਕੁੜੀਆਂ ਦਾ ਪਰਿਵਾਰ ਹੈ ਇਹ ਪੁਰਾਣਾ ਹੀ ਇੱਧਰ ਰਹਿੰਦਾ ਸੀ, ਭੁੰਮਰਾਮ ਦੀ ਕੁੜੀਆਂ ਰਹਿੰਦੇ ਸੀ। ਇਹਨਾਂ ਨੂੰ ਅਸੀਂ ਦੁਸ਼ਮਣੀਆਂ ਦਾ ਮਹੱਲਾ ਵੀ ਕਹਿ ਦਿੰਦੇ ਹਾਂ, ਚੌਧਰੀਆਂ ਵਾਲਾ ਵਾਸ ਵੀ ਕਹਿ ਦਿੰਦੇ ਹਾਂ। ਇੱਕ ਲੋਕ ਵਾਲਾ ਦਾ ਮਹੱਲਾ ਹੈ, ਵੱਖ ਵੱਖ ਬਰਾਦਰੀਆਂ ਇੱਥੇ ਵੱਸਦੀਆਂ। 1857 ਤੋਂ ਅਸੀਂ ਜਦੋਂ 1893 ਦੇ ਵਿੱਚ 1857 ਦੇ ਵਿੱਚ ਜਿਹੜਾ ਰਾਜਾ ਸੀ ਸਾਡਾ ਉਹਦਾ ਨਾਂ ਸੀ ਰਾਜਾ ਦਲੀਪ ਸਿੰਘ ਜੀ ਨੇ ਸਾਨੂੰ ਧੁੱਪਾ ਬੀੜ ਕੇ ਉੱਥੋਂ ਕੱਢਿਆ ਸੀ ਅੰਗਰੇਜ਼ਾਂ ਦੇ ਹੁਕਮ ਦਾ ਹੁਕਮ ਦਿੱਤਾ ਸੀ ਜਦੋਂ ਉਹ ਰਾਜਾ ਦਲੀਪ ਸਿੰਘ ਸੀ। ਉਸ ਤੋਂ ਬਾਅਦ 1893 ਦੇ ਵਿੱਚ ਮਹਾਰਾਜਾ ਹੀਰਾ ਸਿੰਘ ਦਾ ਪੁੱਤ ਹੋਇਆ ਸੀ ਦੀਪੂ ਜਮਨ ਸਿੰਘ, ਉਹਦੇ ਮਲਾਈ ਜਣ ਵੀ ਗਏ ਸਾਡੇ ਬੰਦੇ ਤੇ ਉਹ ਸਾਨੂੰ ਜ਼ਮੀਨ ਵੀ ਵਾਪਸ ਦਿੰਦਾ ਸੀ। ਤਾਂ ਉੱਥੇ ਇੱਕ ਸੇਵਾ ਸਿੰਘ ਨਾਂ ਦਾ ਪ੍ਰਧਾਨ ਮੰਤਰੀ ਬਣਾਇਆ ਹੋਇਆ ਸੀ, ਮੈਨੂੰ ਬਣਾਏ ਹੋਏ ਸੀ ਉਸ ਸਮੇਂ ਦੇ ਵਿੱਚ। ਤਾਂ ਉਹਨੇ ਕਿਹਾ ਵੀ ਤੁਸੀਂ 100 ਰੁਪਇਆ ਭਰੋ ਸਾਨੂੰ ਪਿੰਡ ਵਾਪਸ ਦਿੰਦੇ ਹਾਂ। ਤਾਂ ਸਾਡੇ ਬਜ਼ੁਰਗਾਂ ਨੇ ਕਿਹਾ ਵੀ ਅਸੀਂ ਮਾਮਲਾ ਹੀ ਭਰ ਦਿੰਦੇ, ਫਿਰ ਅਸੀਂ ਜਾਂਦੇ ਨਹੀਂ ਸੀ, ਅਸੀਂ 100 ਦੇ ਦੇਣਾ ਜ਼ਮੀਨ ਐਂ ਦੇਣੀ ਹੈ। ਤਾਂ ਇਸ ਕਰਕੇ ਸਾਨੂੰ ਉਹ ਜ਼ਮੀਨ ਦੁਬਾਰਾ ਨਹੀਂ ਮਿਲੀ। 1893 ਦੇ ਇਤਿਹਾਸ ਦੇ ਮੁਤਾਬਕ ਆਧੁਨਿਕ ਕਿਤਾਬ ਦੇ ਵਿੱਚ ਲਿਖਣ ਵਾਲੇ ਨੇ ਲਿਖਿਆ ਹੋਇਆ, ਪੂਰਾ ਇਤਿਹਾਸ ਹੈ ਸਾਡਾ। ਤਾਂ ਨਾਭੇ ਪਟਿਆਲੇ ਵਾਲੇ ਜਿਹੜੇ ਸਾਡੇ ਬਰਾੜ ਹੈ, ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਸਾਡੀ ਵੀਡੀਓ ਉਹਨਾਂ ਕੋਲ ਜਾਵੜੇ, ਜੋ ਦੌੜੀ ਖੜਨਾ ਸੰਬੰਧਿਤ ਤਲਿਆਂ ਦਰਾਗ ਵੀ ਵੱਡੇ ਤੌਰ 'ਤੇ ਗਈ ਹੈ, ਇੱਥੇ ਤਲਮਾ ਦੇਖੋ ਹੀ ਖੜਾ ਹੈ, ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਤਾਂ ਕਾਫੀ ਜਣੇ ਉੱਧਰ ਗਿਣਤੀ 'ਚ ਅਸੀਂ ਉੱਥੋਂ ਜਦੋਂ ਸਾਡਾ ਉਜਾੜਾ ਹੋਇਆ, ਪਹਿਲੀ ਗਦਰ ਲਹਿਰ ਦੇ ਅਸੀਂ ਬਾਗੀ ਹਾਂ ਬਰੀਦਪੁਰ ਦੇ ਬਰਾੜ ਤੋਂ ਤਲੋਂ। ਅਤੇ ਜਿਹੜੀਆਂ ਦੂਜੀਆਂ ਸਾਡੀਆਂ ਬਰਾਦਰੀਆਂ ਸਾਡੇ ਨਾਲ ਆਈਆਂ, ਪੰਡਿਤ ਆਏ ਹੈ, ਮਿਸਤਰੀ ਆਏ ਹੈ, ਮਾਝੀ ਸਿੱਖ ਬਰਾਦਰੀ ਆਈ ਹੈ, ਸੁਨਿਆਰ ਆਏ ਹੈ, ਸੇਠ ਆਏ ਹੈ,
ਮਰ ਸਖਾ ਹੈ, ਰਾਜੇ ਸਖਾ ਹੈ, ਸਾਰੇ ਉਹ ਸਾਡੇ ਨਾਲ ਉਹਨਾਂ ਨੇ ਮੂਹਰੇ ਕੱਢੀ, ਸਾਡੇ ਨਾਲ ਆਏ ਆ। ਤੇ ਇਹ ਸਾਡੇ ਪਿੰਡ ਦਾ ਇਤਿਹਾਸ ਆ। ਇਹ ਅਸੀਂ 1857 ਤੋਂ ਬਾਅਦ ਫਿਰ ਹੋਰ ਵੀ ਜਿਹੜੀ ਤਰੱਕੀ ਕੀਤੀ ਹੈ ਉਹ ਵੱਖਰੀ ਗੱਲ ਆ। ਅਸੀਂ ਬਾਹਰ ਹੋਰ ਪਿੰਡਾਂ 'ਚ ਵੀ ਜਾ ਕੇ ਜ਼ਮੀਨਾਂ ਬਹੁਤ ਖਰੀਦੀਆਂ। ਖੇਤੀ ਦੇ ਵਿੱਚ ਅਸੀਂ ਨੰਬਰ 1 ਤੇ ਖੇਤੀ ਕਰਦੇ ਹਾਂ। ਸਾਡਾ ਬਿਸ਼ਨੋਈ ਭਾਈਚਾਰਾ ਇਹ ਬਾਗਾਂ ਦਾ ਬਹੁਤ ਮਾਹਰ ਹੈ। ਇਹਨਾਂ ਨੇ ਸਾਨੂੰ ਬਾਗਾਂ ਬਾਰੇ ਬਹੁਤ ਕੁਛ ਸਿਖਾਇਆ। ਤੇ ਅਸੀਂ ਬਿਲਕੁਲ ਸਾਡੇ ਪਿੰਡ ਦੇ ਵਿੱਚ ਇੱਕ ਖਾਸੀਅਤ ਹੈ ਧਰਮਿੰਦਰ ਜੀ, ਵੀ ਹੋਰ ਪਿੰਡਾਂ 'ਚ ਤੁਸੀਂ ਚਲੋ ਵੱਖ ਵੱਖ ਜਾਤਾਂ ਦੇ ਗੁਰਦੁਆਰੇ ਹੈ, ਸਾਡੇ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ, ਕਿਸੇ ਜਾਤ ਦਾ ਗੁਰਦੁਆਰਾ ਨੇ, ਸਾਰਿਆਂ ਦਾ ਇੱਕੋ ਹੀ ਥਾਂ ਹੈ। ਇੱਥੇ ਹੀ ਸਾਰਿਆਂ ਦੇ ਆਨੰਦ ਕਾਰਜ ਵਗੈਰਾ, ਇੱਥੇ ਹੀ ਭੋਗ ਵਗੈਰਾ, ਇੱਥੇ ਹੀ ਸਮਾਗਮ ਵਗੈਰਾ, ਇੱਕੋ ਹੀ ਮੰਦਰਾਂ ਵਿਖੇ ਹੀ ਭਾਈਚਾਰੇ ਦਾ ਇੱਕੋ ਹੀ ਹੈ ਸਾਰਿਆਂ ਦਾ। ਤੇ ਅਸੀਂ ਬਿਲਕੁਲ ਵਧੀਆ ਚੰਗੇ ਮੇਲ ਮਿਲਾਪ ਨਾਲ, ਸਾਡਾ ਵਧੀਆ ਭਾਈਚਾਰਾ ਹੈ, ਕੋਈ ਸਾਡੇ 'ਤੇ ਫਰਕ ਨਹੀਂ ਗਾ। ਤੇ ਅਸੀਂ ਰਲ ਮਿਲ ਕੇ ਰਹਿੰਦੇ ਹਾਂ, ਸਾਰੇ ਅਸੀਂ ਇੱਕ ਦੂਜੇ 'ਤੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਰੀਕ ਹੁੰਦੇ ਹਾਂ। ਇਹ ਸਾਡਾ 1857 ਦੇ ਲਾ ਕੇ ਹੁਣ ਤੱਕ ਦਾ ਵਿਆਸ ਹੈ। ਜਿਹੜੇ ਸਾਡੇ ਸਰਪੰਚ ਬਣੇ ਹੈ ਉਹ ਵੀ ਮੇਰੇ ਕੋਲ ਨੋਟ ਆ, ਮੈਂ ਤੁਹਾਨੂੰ ਸੁਣਾ ਦਿੰਦਾ। ਸਭ ਤੋਂ ਪਹਿਲਾਂ ਜਦੋਂ ਪੰਚਾਇਤ ਬਣੀ ਹੈ ਤਾਂ 2 ਵਾਰ ਦੱਸਣ ਦੇ ਮੁਤਾਬਕ ਮੇਰੇ ਦਾਦਾ ਜੀ ਖੁਦ ਅਮਰ ਸਿੰਘ ਸਰਬਸੰਮਤੀ ਨਾਲ ਸਰਪੰਚ ਬਣੇ। ਉਸ ਤੋਂ ਬਾਅਦ 2 ਵਾਰ ਸਰਦਾਰ ਜੋਹਨ ਸਿੰਘ ਜੀ ਉਹ ਵੋਟਾਂ ਨਾਲ ਸਰਪੰਚ ਬਣੇ। ਉਸ ਤੋਂ ਬਾਅਦ ਸਰਦਾਰ ਹਰਚੰਦ ਸਿੰਘ ਜੀ ਸਾਡੇ ਪ੍ਰਧਾਨ ਜੀ ਦੇ ਪਿਤਾ ਜੀ ਉਹ ਵੋਟਾਂ ਨਾਲ ਸਰਪੰਚ ਬਣੇ। ਉਸ ਤੋਂ ਬਾਅਦ ਜੋਗਿੰਦਰ ਸਿੰਘ ਜੀ ਸਾਡੇ ਇਹਨਾਂ ਦੇ ਚਾਚਾ ਜੀ ਸੀ, ਉਹ ਮੈਂਬਰਾਂ ਤੋਂ ਸਰਪੰਚ ਬਣੇ ਸੀ। 3 ਸਾਲ ਉਹਨਾਂ ਨੇ ਸਰਪੰਚੀ ਕੀਤੀ, ਕੋਈ ਮਜ਼ਬੂਰੀ ਕਾਰਨ ਫਿਰ ਉਹਨਾਂ ਨੂੰ ਸਰਪੰਚੀ ਛੱਡਣੀ ਪਈ। ਉਹਦੀ ਥਾਂ ਦੇ ਉੱਤੇ ਗੋਰਾ ਸਿੰਘ ਸਰਪੰਚ ਨੇ ਸਰਪੰਚੀ ਕੀਤੀ। ਗੋਰਾ ਸਿੰਘ ਤੋਂ ਬਾਅਦ ਫਿਰ ਸਾਡੇ ਪਿੰਡ ਦੇ ਫਲੌਰ ਸਿੰਘ ਸਰਪੰਚ ਬਣੇ। 10 ਸਾਲ ਸਰਪੰਚ ਰਹੇ, ਉਹਦੇ ਹਾਲਾਤ ਖਰਾਬ ਸੀ, ਚੋਣ ਨਹੀਂ ਹੋਈ। ਉਸ ਤੋਂ ਬਾਅਦ 1993 ਦੇ ਵਿੱਚ ਫਿਰ ਸਰਦਾਰ ਗੋਰਾ ਸਿੰਘ ਸਰਪੰਚ ਚੁਣੇ ਗਏ। ਉਸ ਤੋਂ ਬਾਅਦ 1998 ਦੇ ਵਿੱਚ ਅਜੈਬ ਸਿੰਘ ਸਰਪੰਚ ਚੁਣੇ ਗਏ। ਫਿਰ 2003 ਦੇ ਵਿੱਚ ਫਿਰ ਫਲੌਰ ਸਿੰਘ ਸਰਪੰਚ ਚੁਣੇ ਗਏ। ਜੀ ਧਰਮ ਪਤਨੀ ਚੁਣੀ ਗਈ ਸੁਰਜੀਤ ਕੌਰ, ਉਹ ਸਾਡੇ ਪਿੰਡ ਦੀ ਪਹਿਲੀ ਮਹਿਲਾ ਸਰਪੰਚ ਸੀ। 2008 ਦੇ ਵਿੱਚ ਪਨੀਤ ਕੁਮਾਰ ਬਿਸ਼ਨੋਈ ਭਾਈਚਾਰੇ ਦਾ ਮੈਂਬਰਾਂ ਤੋਂ ਉਹ ਸਰਪੰਚ ਬਣੇ। 2013 ਦੇ ਵਿੱਚ ਫਿਰ ਸਾਡੇ ਐਸਸੀ ਭਾਈਚਾਰੇ ਚੋਂ ਮੇਘਵਾਲ ਬਰਾਦਰੀ ਚੋਂ ਸਰਜੀਤ ਕੁਮਾਰ ਸਰਪੰਚ ਬਣੇ। ਤੇ 2018 ਦੇ ਵਿੱਚ ਜੋ ਹੁਣ ਚੱਲ ਰਿਹਾ ਇਸ ਸਮੇਂ ਜੋ ਸਰਪੰਚ ਹੈ ਉਹ ਮੌਕੇ ਤੇ ਸਾਡੇ ਤਰਸੇਮ ਸਿੰਘ ਉਹ ਚੁਣੇ ਗਏ ਹੈ। ਤੇ ਲੰਬਰਵਾਰੀ ਹੈ ਜਿਹੜੀ ਸਾਡੀ, ਇਹ ਜੱਦੀ ਪੁਸ਼ਤੀ ਉਹਦੀਆਂ ਪਰਿਵਾਰ ਕੋਲੇ ਹੈ। ਉਹ ਬਾਬਾ ਗੰਗਾ ਬਿਸ਼ਨ ਜੀ ਦਾ ਪਰਿਵਾਰ ਹੈ, ਚੌਧਰੀ ਸ਼ੰਕਰ ਲਾਲ ਜੀ ਸੀ, ਓਮ ਪ੍ਰਕਾਸ਼ ਜੀ ਹੁਣ ਓਮ ਪ੍ਰਕਾਸ਼ ਜੀ ਦਾ ਬੇਟਾ ਹੈ। ਤੇ ਇੱਕ ਲੰਬਰਵਾਰੀ ਸਾਡੇ ਮਜ਼੍ਹਬੀ ਸਿੱਖਾਂ ਕੋਲੇ ਸੀ, ਉਹ ਸ਼ੇਰ ਸਿੰਘ ਲੰਬਰਦਾਰ ਹੁੰਦਾ ਸੀ ਪੁਰਾਣਾ ਕੋਈ, ਉਹਦਾ ਪਰਿਵਾਰ ਇੱਥੇ ਚਲਾ ਗਿਆ। ਉਹਦੀ ਥਾਂ ਦੇ ਉੱਤੇ ਹੁਣ ਜਸਕਰਨ ਸਿੰਘ ਐਸੀ ਭਾਈਚਾਰੇ ਚੋਂ ਸਾਡੇ ਪਿੰਡ ਦਾ ਲੰਬਰਦਾਰ ਹੈ। ਹੋਰ ਸਾਡੇ ਪਿੰਡ ਦੀ ਜੇ ਤੁਸੀਂ ਗੱਲ ਕਰੋ ਕੋਈ ਕੰਮਾਂ ਦੀ, ਕੰਮ ਤਾਂ ਵਿਕਾਸ ਪੱਛੋਂ ਸਾਡਾ ਪਿੰਡ ਹੈ, ਜਿਹੜਾ ਕਿ ਜਿਵੇਂ ਆਪਾਂ ਦੇਖ ਕੇ ਰਾਜਸਥਾਨ ਦਾ ਲਾਸਟ ਪਿੰਡ ਹੈ। ਬਹੁਤ ਕੰਮ ਹੋਣ ਵਾਲਾ, ਮੰਡੀ ਦੀ ਦਿਸ਼ਾ ਬਹੁਤ ਮਾੜੀ ਹੈ, ਸੜਕਾਂ ਸਾਡੇ ਕੰਨੂ ਖੇੜੇ ਨੂੰ ਜਿਹੜਾ ਸਾਡਾ ਪੁਰਾਣਾ ਰਸਤਾ ਜੋ ਧਰਨਾ ਹੈ, ਕਾਫੀ ਸਾਰੀਆਂ ਲੰਬੀਆਂ ਧਰਨੀਆਂ 7-8 ਕਿਲੋਮੀਟਰ, ਉਹ ਸੜਕਾਂ ਵੀ ਬਣਨੀ ਚਾਹੀਦੀ ਹੈ। ਛੱਪੜ ਸਾਡਾ ਪੱਕਾ ਹੋਣਾ ਚਾਹੀਦਾ, ਬਹੁਤ ਵੱਡਾ ਛੱਪੜ ਹੈ, ਅਸੀਂ ਪਾਣੀ 'ਚ ਬਹੁਤ ਸਾਫ਼ ਹੈ, ਪਾਣੀ ਪੈਂਦਾ ਹੈ, ਵਾਰੀ ਅਨਾਰਖੀ ਹੈ। ਗਲੀਆਂ ਨਾਲੀਆਂ ਦਾ ਵੀ ਵਿੱਚ ਬੁਰਾ ਹਾਲ ਹੈ, ਤੁਸੀਂ ਦੇਖਿਆ ਸਾਰੀਆਂ ਬਣਨੀਆਂ ਚਾਹੀਦੀਆਂ। ਪਰਮਾਲੇ ਨੂੰ ਕਲਿੰਕ ਸਾਡਾ ਹੋਰ ਪਿਆ ਬਣਨ ਵਾਲਾ, ਉਹ ਵੀ ਜ਼ਰੂਰੀ ਹੈ। ਸਕੂਲ ਸਾਡੇ ਕੋਲ ਜਗ੍ਹਾ ਨਹੀਂ ਪਿੰਡ ਕੋਲ, ਤਾਂ ਇਹ ਸਾਡੀ ਬੇਨਤੀ ਹੈ ਵੀ ਡਬਲ ਸਟੋਰੀ ਬਿਲਡਿੰਗ ਬਣੇ,
ਤਾਂ ਪਲੱਸ ਟੂ ਦਾ ਸਾਡਾ ਸਕੂਲ ਦੇ ਸਾਡੀਆਂ ਬੱਚੀਆਂ ਨੂੰ ਬਾਹਰ ਜਾਣਾ ਬਹੁਤ ਔਖਾ ਹੈ। ਤਾਂ ਇਸ ਕਰਕੇ ਵਿਕਾਸ ਪੱਖ ਤੋਂ ਤਾਂ ਵੱਡੀ ਜਿਹੜੀ ਸਰਕਾਰ ਤੋਂ ਸਾਡੀ ਮੰਗ ਹੈ ਅਤੇ ਉਹ ਸਾਨੂੰ ਜ਼ਰੂਰ ਪੂਰੀ ਕਰੇ ਸਰਕਾਰ। ਬਾਕੀ ਜਿਹੜਾ ਇਤਿਹਾਸ ਮਸ਼ਹੂਰੀ ਭਾਈਚਾਰੇ ਇਹ ਇਹਨਾਂ ਨੂੰ ਜ਼ਿਆਦਾ ਪਤਾ ਹੈ। ਤਰੁਣ ਗੋਹਰਾ ਜੀ ਬੈਠੇ ਹੈ, ਇਹਦਾ ਅੰਕਲ ਅਜੇ ਪਾਲ ਜੀ ਬੈਠੇ ਹੈ, ਬੜੀ ਜਾਣਕਾਰੀ ਕਿੰਨੀ ਪੀੜ੍ਹੀ ਹੈ ਸਾਡੀ। ਇਸ ਟਾਈਮ 'ਤੇ ਜਦੋਂ ਅਸੀਂ ਆਏ ਹਾਂ ਪਿੰਡ ਦੀ ਅੱਠਵੀਂ ਅਤੇ ਨੌਵੀਂ ਪੀੜ੍ਹੀ ਇਸ ਪਿੰਡ ਦੇ ਵਿੱਚ ਇਸ ਟਾਈਮ ਚੱਲ ਰਹੀ ਹੈ, ਅਸੀਂ ਗਿਣੀ ਹੋਈ ਹੈ। ਅੱਠਵੀਂ ਅਤੇ ਨੌਵੀਂ ਪੀੜ੍ਹੀ ਸਾਡੀ ਇਸ ਪਿੰਡ ਦੇ ਵਿੱਚ ਚੱਲ ਰਹੀ ਹੈ ਜਦੋਂ ਤੋਂ ਅਸੀਂ ਦਰਬੀ ਖਾਣੇ ਤੋਂ ਆ ਕੇ ਇਹ ਵਸਾਇਆ। ਦਰਬੀ ਖਾਣਾ ਪਿੰਡ ਇਸ ਟਾਈਮ ਜ਼ਿਲ੍ਹਾ ਫਰੀਦਕੋਟ ਜਿੱਥੇ ਦੇ ਲੋਕ ਬਾਜੇ ਖਾਨੇ ਦੇ ਕੋਲ ਹੈ, ਅਤੇ ਸਾਨੂੰ ਰਾਜਾ ਵਜ਼ੀਰ ਸਿੰਘ ਨੇ ਉੱਥੋਂ ਮਤਲਬ ਜਾਇਆ ਸੀਗਾ। ਇਹ ਸਾਡੇ ਪਿੰਡ ਦੀ ਜਿਹੜੀ ਦਾਸਤਾਨ ਸੀ ਜਿਹੜੀ ਮੈਂ ਰਿਕਾਰਡ ਦੇ ਮੁਤਾਬਕ ਮੇਰੇ ਕੋਲ ਆਈ ਹੈ ਅਤੇ ਮੈਂ ਰਿਕਾਰਡ ਸਾਰਾ ਲਿਖਿਆ। ਆਹ ਕਿਤਾਬ ਸਾਡੀ ਬਰਾੜਾਂ ਦੀ ਜਿਹੜੀ ਲਿਖੀ ਵਿੱਚ ਬਹੁਤ ਵੱਡੇ ਵੱਡੇ ਇਤਿਹਾਸ ਹੈ, ਸਾਰੇ ਪੜ੍ਹੇ ਨਹੀਂ ਗਏ, ਮੈਂ ਵੀ ਸਾਡੇ ਪਿੰਡ ਦੇ ਇਤਿਹਾਸ ਮੈਂ ਪੜ੍ਹਿਆ ਸੀਗਾ। ਅਤੇ ਇਸ ਕਰਕੇ ਇਹ ਸਾਰਾ ਜਿੰਨੀ ਜਾਣਕਾਰੀ ਸੀ ਮੈਂ ਇਹ ਤੁਹਾਡੇ ਚੈਨਲ 'ਤੇ ਮੈਂ ਤੁਹਾਨੂੰ ਦਿੱਤੀ ਹੈ। ਬਾਕੀ ਜਾਣਕਾਰੀ ਇੱਧਰ ਭਾਈਚਾਰਾ ਸਾਡੇ ਪੂਰੀਆਂ ਭਾਈਚਾਰਾ ਬੈਠਾ ਹੈ, ਹੋਰ ਵੀ ਕੋਈ ਜਿਹੜੇ ਇੱਧਰ ਸਾਡੇ ਸਰਾਵਾਂ ਦੇ ਘਰ ਹੈ ਜੀ ਸੂਬੇਦਾਰ, ਇਹਨਾਂ ਦੇ ਦਾਦਾ ਜੀ ਸੂਬੇਦਾਰ ਸੀ, ਇਹਨਾਂ ਨੂੰ ਸੂਬੇਦਾਰ ਦੇ ਵਿੱਚ ਇਨਾਮ ਮਿਲਿਆ ਸੀ। ਇਹਨਾਂ ਦੀ ਵੀ ਵੱਡੀ ਪ੍ਰਾਪਤੀ ਹੈ, ਇਹ ਵੀ ਸਾਡੇ ਪਿੰਡ 'ਚ ਰਹਿ ਰਹੇ ਹੈ, ਇਹਨਾਂ ਨੂੰ ਸੂਬੇਦਾਰੀ ਦੀ ਜ਼ਮੀਨ ਮਿਲੀ ਸੀ। ਹੋਰ ਭਾਈਚਾਰੇ ਵੀ ਰਹਿੰਦੇ ਹੈ ਪਰ ਮੇਨਲੀ ਅਸੀਂ ਜਿਹੜੇ ਜੱਦੀ ਪੁਸ਼ਤੀ ਬਰਾੜ ਅਤੇ ਢਿੱਲੋਂ ਪੌਣ ਪੰਡਿਆਰ ਅਤੇ ਗਿੱਲ ਮਗਰੀ ਸਿੱਖ ਭਾਈ ਕੇ ਪੰਨੀ ਮਿਸਤਰੀ ਸਿੱਖ ਪੰਡਤ ਹੈ ਜਿਹੜੇ ਉਹ ਮਾਰਕੰਡੇ ਸਪਾਂਸਲ ਸੇਠ ਸੁਨਿਆਰ ਖੁਰਮੀ ਅਤੇ ਮਹਿਰੇ ਸਿੱਖ ਪਠਿਆਰੇ ਅਤੇ ਇਹ ਬੋਤ ਜਿਹੜੇ ਸਾਡੇ ਨਾਲ ਜੱਦੀ ਕੁਸ਼ਤੀ ਉਦੋਂ ਤੋਂ ਉਹ ਚੱਲ ਨਾਲ ਹੀ ਬੈਠੇ ਹੈ, ਉਦੋਂ ਤੋਂ ਸਾਡੇ ਨਾਲ ਸਾਡਾ ਸਾਥ ਦੇ ਰਹੇ ਹੈ। ਬਾਕੀ ਜਿਹੜੀ ਕੋਈ ਹੋਰ ਹੈ ਇੱਧਰ ਉਹ ਆਪਣੇ ਦਾਦਾ ਭੁੰਮਰ ਰਾਮ ਜੀ ਦੇ ਇਹਨਾਂ ਦੇ ਪਰਿਵਾਰ ਬਾਰੇ ਜ਼ਮੀਨ ਬਾਰੇ ਉਹ ਇਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਇਹ ਕਦੋਂ ਤੋਂ ਸਭ ਤੋਂ ਪਹਿਲਾਂ ਤੋਂ, ਕਿਉਂਕਿ ਜੱਦੀ ਕੁਸ਼ਤੀ ਤਾਂ ਇਹੀ ਆ, ਅਸੀਂ ਤਾਂ ਜ਼ਮੀਨ ਸਾਨੂੰ ਤਾਂ ਇਹਨਾਂ ਨੇ ਦਿੱਤੀ ਆ, ਇਹਨਾਂ ਦੇ ਕੋਈ ਆ ਕੇ ਵਸੇ ਸਭ ਅਤੇ ਇਹਨਾਂ ਨੂੰ ਪੁੱਛਿਆ ਜਾਵੇ। ਜੀ ਸਰ, ਸਰ ਮਾਰੇ ਕਿਹਾ ਹੈ ਕਿ ਇਹਦੇ ਨੌਵੀਂ ਵਾਰ ਮੈਂਬਰ ਲਗੋ ਲਗ ਬੰਦੇ ਆ ਰਹੇ ਜੀ ਮਾਰੇ ਮਨੋਹਰ ਭਾਈ ਸਾਹਿਬ ਔਰ ਮਾਰੇ ਭਾਈ ਨੇ ਸਰਦਾਰੋ ਮੇਰ ਮਾਰੇ ਬਿਲਕੁਲ ਭਾਈਚਾਰਾ ਬਣਾ ਰਹਾ ਔਰ ਜਬ ਸੇ ਇਹ ਗਾਂਵ ਬਣਾ ਆਜ ਤੱਕ ਕਿਸੇ ਪ੍ਰਕਾਰ ਕਾ ਝਗੜਾ ਨਹੀਂ ਹੁਆ ਔਰ ਹਮ ਸਭ ਰਲ ਮਿਲ ਕੇ ਰਹਿ ਰਹੇ ਹੈ। ਸਰ ਇਸਮੇ ਬਹੁਤ ਸੀ ਪਾਣੀ ਕੀ ਸਮੱਸਿਆ ਹੈ, ਪੀਨੇ ਕੀ ਪਾਣੀ ਕੀ ਸਮੱਸਿਆ ਬਹੁਤ ਆ ਰਹੀ ਹੈ ਹਮਾਰੇ ਯਹਾਂ ਪੇ, ਤੋ ਉਸਕਾ ਆਪਸੇ ਰਿਕੁਐਸਟ ਹੈ ਕਿ ਇਸੇ ਹੱਲ ਕਰਨੇ ਕੀ ਕੋਸ਼ਿਸ਼ ਕਰੂਗਾ। ਔਰ ਹੋਸਪਿਟਲ ਹੈ ਜੋ ਪ੍ਰਾਇਮਰੀ ਹੋਸਪਿਟਲ ਹੈ ਹਮ ਜਿਸੇ ਫਸਟ ਐਡ ਕਹਿਤੇ ਹੈ ਉਹ ਵੀ ਹਮਾਰੇ ਯਹਾਂ ਪੇ ਸੁਵਿਧਾ ਹਮਾਰੇ ਸਭੀ ਕੁਛ ਹੈ, ਲੇਕਿਨ ਹਮੇ ਵਰਕਿੰਗ ਹੈ ਜਬ ਕਹੀਂ ਕਭੀ ਵਰਕਿੰਗ ਹੋਤੀ ਹੈ ਕਭੀ ਨਹੀਂ ਹੋਤੀ, ਕਈ ਵਾਰ ਡਾਕਟਰ ਅਵੇਲੇਬਲ ਹੋਤੇ ਹੈ ਨਹੀਂ ਹੋਤੇ ਸਰ, ਤੋ ਸੇ ਰਿਕੁਐਸਟ ਹੈ ਕਿ ਜਿਤਨੇ ਵੀ ਹਮਾਰੇ ਜੋ ਵੀ ਚੱਲ ਰਹੇ ਹੈ ਜੈਸੇ ਸਵਸਥ ਕੇਂਦਰ ਹੈ ਉਹ ਉਸੇ ਢੰਗ ਸੇ ਚਲਤੇ ਰਹੇ ਔਰ ਹਮਾਰੇ ਤੋ ਬਿਲਕੁਲ ਹਮ ਜੈਸੇ ਆਜ ਹੈ ਕੱਲ ਵੀ ਮੈਂ ਅਸੀਂ ਬਾਈ ਪੇ ਰਹਿ ਰਹੇ ਆਦਮੀ ਬਾਈ ਸੇ ਰਹਿ ਰਹੇ ਆਉਣੇ ਵਾਲੇ ਸਮੇਂ ਮੈਂ ਹਮਾਰੇ ਭਾਈਓ ਮੈਂ ਸਰਦਾਰੋਂ ਮੈਂ ਕਿਸੇ ਪ੍ਰਕਾਰ ਦਾ ਕੋਈ ਝਗੜਾ ਨਾ ਹੁਆ ਨਹੀਂ ਹੋ। ਠੀਕ ਹੈ, ਹਾਂ ਕੋਈ ਸਵਾਲ? ਇਸਕੇ ਇਲਾਵਾ ਹਮਾਰੇ ਸ਼ਰੀਕਾਂ ਔਰ ਰਾਮਪੁਰਾ ਨਾਰਾਇਣਪੁਰਾ ਦਿਨਕਾਨੀਆਂ ਇਹ ਹਮਾਰੇ ਦਾਦਾ ਜੀ ਕੇ ਬਸੇ ਹੋਏ ਚਾਰ ਪੰਜ ਗਾਂ। ਠੀਕ, ਹਾਂਜੀ ਹਾਂਜੀ ਸਾਡੇ ਪਿੰਡ ਦੇ ਵੀ ਜਿਹੜੇ ਜੀ ਮਤਲਬ ਇਸ ਟਾਈਮ ਦੇ ਉੱਤੇ ਜਿਹੜੇ ਸਾਡੇ ਨਾਲ ਮੁੰਡੇ ਪੜ੍ਹੇ ਹੈ ਤਿੰਨ ਪਿੰਡਾਂ ਦੇ ਵਿੱਚ ਉਹਨਾਂ ਨੇ ਜਾ ਕੇ ਪਿੰਡ ਵਸਾ ਕੇ ਬਾਹਰ ਜਾ ਕੇ ਰਾਜਸਥਾਨ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ ਸਾਡੇ ਲੰਗਰ ਦੇ ਇੱਥੋਂ ਦੇ ਜਨਮੇ ਸਾਡੇ ਨਾਲ ਪੜ੍ਹੇ। ਇੱਕ ਮੁੰਡਾ ਤਾਂ ਇਸ ਟਾਈਮ 'ਤੇ ਮੁੱਖ 'ਚ ਸਰਪੰਚ ਹੈ ਪਿੰਡ ਪੀਲੀਆਂ ਵਾਂਗਾ ਕੋਲ ਮਸੂ ਵਾਲਾ ਪੰਚਾਇਤ ਪੈਂਦੀ ਹੈ ਜੀ, ਉਹ ਮੇਰੇ ਰਾਜ ਪੜ੍ਹਨ ਵਾਲੇ ਜਸਵੀਰ ਸਿੰਘ ਜੋਨ ਸਿੰਘ ਸਰਪੰਚ ਦਾ ਪੁੱਤਰਾ ਸਰਪੰਚ ਹੈ। ਇੱਕ ਸਾਡੇ ਗੁਰਾ ਸਿੰਘ ਸਰਪੰਚ ਦਾ ਭਤੀਜਾ ਸੀ ਉਹ ਗੰਗਾਗੜ੍ਹ
ਅਤੇ ਸ਼੍ਰੀਨਗਰ ਦੀ ਪੰਚਾਇਤ ਵਿੱਚ ਜਗਜੀਤ ਸਿੰਘ ਜੱਗੀ ਨਾਂ ਕਹਿੰਦੇ ਹੈ, ਉਹ ਵੀ ਪਿੰਡ ਸਾਡਾ ਵਸਾਇਆ ਉੱਥੇ ਹੈ। ਇੱਕ ਰੱਤੇ ਵਾਲਾ ਪੰਚਾਇਤ ਸੀ ਸਾਡੇ, ਉੱਥੇ ਸਾਡੇ ਰਿਸ਼ਤੇਦਾਰਾਂ ਦਾ ਪਰਿਵਾਰ ਵੱਜਦਾ ਹੈ, ਉਹਨਾਂ ਨੇ ਵੀ ਉੱਥੇ ਸਰਪੰਚੀ ਕੀਤੀ ਹੈ। ਮਤਲਬ ਬਾਹਰ ਜਾ ਕੇ ਵੀ ਅਸੀਂ ਪਿੰਡ ਵਸਾਇਆ ਅਤੇ ਬਹੁਤ ਤਰੱਕੀ ਕੀਤੀ, ਜ਼ਮੀਨਾਂ ਖਰੀਦੀਆਂ। ਮਤਲਬ ਨਗਰ ਦਾ ਮਿਹਨਤੀ ਨਗਰ ਸੀਗਾ, ਅਤੇ ਮਾਲਾ ਰਾਮਪੁਰਾ ਵੀ ਕਾਫੀ ਸਾਰੀ ਗਿਣਤੀ ਵਿੱਚ ਸਾਡਾ ਭਾਈਚਾਰਾ ਉੱਧਰ ਜ਼ਮੀਨਾਂ ਲਈਆਂ ਬਜ਼ੁਰਗਾਂ ਨੇ ਅਤੇ ਰਹਿ ਰਿਹਾ, ਅਤੇ ਵਧੀਆ ਸਾਡਾ ਮੇਲਜੋਲ ਉਹਨਾਂ ਨਾਲ, ਉੱਧਰ ਖੇਤ ਆਉਣ ਜਾਣ ਹੈ ਸਭ ਦੇਸ਼ਾਂ ਨਾਲ ਸਾਡਾ। ਮਤਲਬ ਇੱਕੋ ਹੀ ਪਿੰਡ ਸਮਝਦੇ ਸੀ, ਉਹਨੂੰ ਦੂਜਾ ਪਿੰਡ ਨਹੀਂ ਸਮਝਦੇ ਹੈਗੇ, ਇੱਕ ਸਿਰਫ ਨਹਿਰ ਹੀ ਸਮਝ ਕਰਕੇ ਥੋੜ੍ਹਾ ਜਿਹਾ ਫਰਕ ਪੈ ਗਿਆ। ਅਤੇ ਇੱਕ ਹੀ ਪਿੰਡ ਹੈ, ਇੱਕੋ ਹੀ ਭਾਈਚਾਰਾ ਹੈ, ਅਤੇ ਬੜਾ ਰਲ ਮਿਲ ਕੇ ਰਹਿੰਦੇ, ਹਰ ਸਮਾਗਮ ਹਰ ਥਾਂ 'ਤੇ ਆਉਂਦੇ ਜਾਂਦੇ। ਇਹ ਜੇ ਦੋ ਪਿੰਡ ਸਾਡੇ, ਮਤਲਬ ਸਾਡੇ ਹੀ ਪਿੰਡ ਹੈ, ਇੱਕ ਰਾਜਸਥਾਨ ਦਾ ਪਿੰਡ ਹੈ। ਬਾਹਰ ਵਾਲੇ ਤਾਂ ਜੀ ਗਿਣਤੀ ਹੈ ਵੀ ਹਜੇ ਹੁਣੇ ਜਾਣ ਲੱਗਿਆ, ਕਿਉਂਕਿ ਦੁਆਬਾ ਪਹਿਲਾਂ ਤਾਂ ਜਾਣ ਲੱਗਿਆ, 50-60 ਦੇ ਲਗਭਗ ਗਿਣਤੀ ਸਾਡੀ ਜਿਹੜੀ ਐਨ ਆਰ ਆਈ ਮੁੰਡੇ ਬਾਹਰ ਗਏ ਆ। ਨੌਕਰੀਆਂ ਪੱਖ ਤੋਂ ਸਾਡੇ ਬਿਸ਼ਨੋਈ ਭਾਜੀ ਚੱਲ ਚੋਂ ਰਾਜਸਥਾਨ ਦੇ ਵਿੱਚ ਵੱਡੇ ਅਫਸਰ ਸੀਗੇ, ਬਲਵੰਤ ਰਾਏ ਪੂਨੀਆ ਜੀ, ਅਤੇ ਡਾਕਟਰ ਮੁੰਡੇ ਹੈਗੇ ਆ ਜੀ, ਦੋ ਤਿੰਨ ਡਾਕਟਰ ਹੈ। ਅਤੇ ਸਭ ਤੋਂ ਜ਼ਿਆਦਾ ਜੇ ਇਸ ਟਾਈਮ ਡਾਕਟਰ ਹੈ ਕਿਸੇ ਪਿੰਡ ਦੇ, ਤਾਂ ਉਹ ਸਾਡੇ ਪਿੰਡ ਦੇ ਹੈ, ਜੰਮੇ ਜਾਏ ਬਾਂਸਲ ਪਰਿਵਾਰ ਦੇ। ਘੱਟ ਤੋਂ ਘੱਟ ਵੀ ਮੈਨੂੰ ਲੱਗਦਾ ਵੀ 20-22 ਦੀ ਗਿਣਤੀ ਹੈ, ਡਾਕਟਰ ਵੇਲਾ ਰਾਮ ਕੇ, ਵਿਸ਼ਨਦਾਸ ਕੇ, ਅਤੇ ਇਹਨਾਂ ਦੇ ਜਿਹੜੇ ਹੋਰ ਪਰਿਵਾਰ ਸੀ। ਵੱਡੀ ਗਿਣਤੀ ਵਿੱਚ ਜਿਹੜੇ ਮਜੀਤਪੁਰ ਦੇ ਡਾਕਟਰ ਹੈ, ਉਹ ਇਸ ਟਾਈਮ 'ਤੇ ਮੇਰੇ ਹਿਸਾਬ ਨਾਲ ਉਹਨਾਂ ਦੇ ਮੁੰਡੇ ਨੋਹਾਂ ਕੁੜੀਆਂ 25-30 ਤੱਕ ਦੀ ਗਿਣਤੀ ਹੈ, ਜਿਹੜੇ MBBS MS ਵੱਜੇ ਵੱਡੀਆਂ ਪੋਸਟਾਂ 'ਤੇ ਡਾਕਟਰ ਹੈ। ਸਾਡੇ ਪਿੰਡ ਦੇ ਵਿੱਚੋਂ ਪੁਲਿਸ ਦੇ ਵਿੱਚ ਵੀ 15-16 ਮੁਲਾਜ਼ਮ ਹੈ ਜੀ। ਇੱਕ ਠੰਡਦਾਰ ਰਿਟਾਇਰ ਹੋਇਆ ਸੀਗਾ ਸਿੰਘ, ਅਤੇ ਬਾਕੀ ਮੁੰਡੇ ਹੋਰ PhD ਕਰਕੇ ਕਈ ਕਾਲਜਾਂ ਦੇ ਪ੍ਰੋਫੈਸਰ ਵੀ ਲੱਗੇ ਹੋਏ ਹੈ। ਅਤੇ ਇਸ ਟਾਈਮ 'ਤੇ ਪੜ੍ਹਾਈ ਵਾਲੇ ਪਾਸੇ ਅਤੇ ਖੇਤੀ ਵਾਲੇ ਪਾਸੇ 'ਤੇ ਬਿਲਕੁਲ ਸਾਡਾ ਪਿੰਡ ਮਤਲਬ ਤਰੱਕੀ ਕਰ ਰਿਹਾ। ਜਗਦੀਸ਼ ਬਿਸ਼ਨੋਈ ਹੈ ਜਿਹੜਾ ਜੈਵਲਿਨ ਦੇ ਵਿੱਚ DSP, ਉਹ ਸਾਡੇ ਪਿੰਡ ਦਾ ਜੰਪ SSP ਇਸ ਟਾਈਮ, ਜਗਦੀਸ਼ ਬਿਸ਼ਨੋਈ ਕਾਲੀ ਰੋਣਾ ਸਾਡਾ ਮਿੱਤਰ ਰਿਹਾ, ਸਾਡੇ ਇਕੱਠੇ ਅਸੀਂ ਖੇਡਦੇ ਰਹੇ ਪਿੰਡਾਂ ਦੇ ਵਿੱਚ ਉਹਦੇ ਨਾਲ। ਹਾਂ, ਜਗਦੀਸ਼ ਬਿਸ਼ਨੋਈ ਸਾਡੇ ਮਜੀਤਪੁਰ ਗੋਬਿੰਦਾਂ ਦਾ ਪਰਿਵਾਰ ਨਹਿਰ ਦੇ ਨਾਲ ਬੈਠਾ ਹੈ, ਉਹ ਜੈਵਲਿਨ ਦੇ ਵਿੱਚ ਮੈਡਲ ਵੀ ਲੈ ਕੇ ਆਇਆ ਸੀ ਇਸ ਟਾਈਮ SSP ਪੰਜਾਬ। ਠੀਕ ਦੋਸਤੋ, ਪਿੰਡ 150 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇੱਥੇ ਮੰਡੀ ਬਣੀਆਂ, ਸਰਕਾਰਾਂ ਨੇ ਮੰਡੀਆਂ ਜਿਹੜੀਆਂ ਬਣਾਤੀਆਂ ਸੀ ਪਿੰਡਾਂ ਦੇ ਵਿੱਚ, ਲੇਕਿਨ ਮੰਡੀਆਂ ਦੇ ਹਾਲ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਹੈਗੇ ਆ। ਆਪਣੇ ਨਾਲ ਕਿਸਾਨ ਹੈਗੇ ਨੇ ਅਤੇ ਤੁਸੀਂ ਦੇਖੋ ਵੀ ਇਹ ਮੰਡੀ ਕਿਵੇਂ ਬੁਰੇ ਹਾਲ ਹੈਗੇ ਆ। ਮੰਡੀ ਦੇ ਦਾਣੇ ਭੇਜ ਜਾਂਦੇ ਨੇ, ਹੋਰ ਫਸਲਾਂ ਜਿਹੜੀਆਂ ਲੈ ਕੇ ਆਉਂਦੇ ਉਹ ਵੀ ਖਰਾਬ ਹੋ ਜਾਂਦੀਆਂ ਨੇ। ਬਾਈ, ਕੀ ਨਾਮ ਕੀ ਤੁਹਾਡਾ ਜੀ? ਜਗਸੀਰ ਸਿੰਘ ਪ੍ਰਧਾਨ ਹੈ ਜੀ। ਜੀ, ਤੇ ਮੰਡੀਆਂ ਦੇ ਹਾਲਾਤ ਕਦੋਂ ਤੋਂ ਹੈਗੇ? ਧੰਨਵਾਦ ਸਾਰਿਆਂ ਦਾ ਜੀ। ਇਹ ਨਾ ਜੀ, ਸਾਡੇ ਦਾਣਾ ਮੰਡੇ ਅਸੀਂ ਸਿੱਟਦੇ ਹਾਂ ਕਣਕ ਵੇਲੇ, ਸਾਡੀ ਸਾਰੀ ਕਣਕ ਇੱਥੇ ਗੋਡੇ ਗੋਡੇ ਪਾਣੀ 'ਚ ਭਿੱਜ ਜਾਂਦੀ ਹੈ। ਠੀਕ ਹੈ। ਹਜੇ ਤੱਕ ਕਿਸੇ ਨੂੰ ਸਾਡੇ ਕੋਲ ਕੋਈ ਬੰਦਾ ਨਹੀਂ ਇੱਥੇ ਆਇਆ, ਸਾਨੂੰ ਨਾ ਹੀ ਨਾ ਸੰਭਾਲ ਕਰੀਏ ਕਿਸੇ ਨੇ, ਨਾ ਹੀ ਕੋਈ ਸਾਨੂੰ ਕਿਸੇ ਨੇ ਆਖਿਆ ਵੀ ਇਹਦਾ ਬਜਟ ਬਣਾਈਏ ਜਾਂ ਹੋਰ ਕਰੀਏ, ਕੋਈ ਕਿਸੇ ਨੇ ਕੁਛ ਨਹੀਂ ਸੰਭਾਲਿਆ ਜੀ। ਇਹਦਾ ਸਾਡੀ ਕਣਕ ਭਿੱਜ ਜਾਂਦੀ ਹੈ ਜੀ, ਹਰ ਸਾਲ ਹਰ ਮੀਂਹ ਆਉਂਦਾ ਜੀ, ਉਹਦੀ ਕਣਕ ਭਿੱਜ ਜਾਂਦੀ ਹੈ। ਠੀਕ ਹੈ। ਆਉਂਦੇ ਅਗਲੇ ਸਾਲ ਕਰ ਦਿਆਂਗੇ, ਅਗਲਾ ਸਾਲ ਫਿਰ ਆ ਜਾਂਦਾ ਜੀ, ਕਣਕ ਫਿਰ ਭਿੱਜ ਜਾਂਦੀ ਹੈ। ਕਿੰਨੇ ਸਾਲ ਪਹਿਲਾਂ ਬਣੀ ਸੀ ਮੰਡੀ? ਇਹ ਬਣੀ ਸੀ ਜੀ 86 ਚ ਬਣੀ ਸੀ ਜੀ। 1986 ਚ? ਹਾਂਜੀ, ਕਰੀਬ 38 ਸਾਲ ਹੋ ਗਏ। ਹਾਂਜੀ, ਉਸ ਤੋਂ ਬਾਅਦ ਫਲੋਰ ਸਿੰਘ ਸਰਪੰਚ ਸੀਗਾ ਜੀ, ਠੀਕ ਹੈ ਜੀ, ਉਹਨਾਂ ਨੇ ਹਿੰਮਤ ਕਰਕੇ ਬਣਾਈ ਸੀ, ਉਸ ਤੋਂ ਉਪਰੰਤ ਇਸ ਤੋਂ ਬਾਅਦ ਕਿਸੇ ਨੇ ਨਹੀਂ ਸੰਭਾਲੀ ਜੀ। ਠੀਕ ਹੈ। ਹੁਣ ਅਸੀਂ ਤਾਂ ਉਮੀਦ ਕਰਦੇ ਹਾਂ, ਮੰਗ ਕਰਦੇ ਹਾਂ ਵੀ ਇਹਦੀ ਸੰਭਾਲ ਕਰੇ ਮਾਰਕੀਟ ਕਮੇਟੀ, ਇਹਨੂੰ ਉੱਚਾ ਕਰਕੇ ਮਿੱਟੀ ਪਾ ਕੇ ਇਹਦੀ ਫਰਸ਼ ਦੁਆਰੇ ਲਾਵੇ। ਠੀਕ ਹੈ ਜੀ। ਕਿੰਨੇ ਕਿੱਲੇ ਹੈਗੇ ਆ ਜਿਨ੍ਹਾਂ ਦੀ ਫਸਲਾਂ ਇੱਥੇ ਆਉਂਦੀਆਂ ਜੀ? ਇਹ ਬਹੁਤ ਕਿੱਲੇ ਜੀ, ਘੱਟੋ ਘੱਟ 5-6 ਹਜ਼ਾਰ ਤਾਂ ਸਾਡੇ ਪੰਜਾਬ ਦਾ ਪਿੰਡ ਦਾ ਹੈ ਜੀ। ਠੀਕ ਹੈ। ਬਾਕੀ ਰਾਜਸਥਾਨ ਚ ਵੀ ਸਾਡੇ ਪਿੰਡ ਦੀ ਨਾਲ ਲੱਗਦਾ ਰਾਜਸਥਾਨ, ਹਾਂਜੀ, ਅੱਧੀ ਰਾਜਸਥਾਨ ਦਾ ਜੀ, ਅੱਧੀ ਪੰਜਾਬ ਚ। ਠੀਕ ਹੈ ਜੀ। ਇੱਥੇ ਇੱਕ ਜਾਣਕਾਰੀ ਮੈਂ ਹੋਰ ਦੇ ਦਿਆਂ ਹਾਂਜੀ, ਵੀ 70 ਲੱਖ ਰੁਪਇਆ ਹਰ ਸਾਲ ਮਾਰਕੀਟ ਕਮੇਟੀ ਨੂੰ ਇਸ ਦੀ ਆਮਦਨ ਹੈ। ਠੀਕ ਹੈ।
ਇੱਥੇ ਕਦੇ 3 ਲੱਖ ਕਦੇ 3.5 ਲੱਖ ਤੇ 4 ਲੱਖ ਗੱਟੇ ਤੱਕ ਇੱਥੇ ਕਣਕ ਆਉਂਦੀ। ਸਭ ਤੋਂ ਹਬੋਰ ਦੀ ਪਹਿਲੇ ਨੰਬਰ ਦੀ ਮੰਡੀ ਹੈ ਇਹ ਤੇ ਕਲਰਖੇੜਾ। ਠੀਕ ਹੈ, ਪਰ ਸੁਵਿਧਾਵਾਂ ਦੇ ਨਾਮ ਤੇ ਕੋਈ ਨਹੀਂ, ਕੋਈ ਸੁਵਿਧਾ ਨਹੀਂ, ਪਾਣੀ ਦੀ ਨਹੀਂ, ਕੋਈ ਸ਼ੈੱਡ ਨਹੀਂ ਵੱਡਾ ਜੀ, ਤੇ ਇਹਨੂੰ ਘੱਟ ਤੋਂ ਘੱਟ ਵੀ ਸੜਕ ਦੇ ਨਾਲੋਂ 2 ਫੁੱਟ ਉੱਚਾ ਚੱਕਿਆ ਜਾਵੇ, ਮਾਰਕੀਟ ਕਮੇਟੀ ਦਾ ਬਜਟ ਬਣਾ। ਠੀਕ ਹੈ ਜੀ, ਠੀਕ ਹੈ, ਬਸ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਇਹਦਾ ਬਜਟ ਬਣਾ ਕੇ ਇਹਦੇ ਫਰਮਾਇਸ਼ ਕਰਕੇ ਸਾਰਾ ਇਹਦੇ ਚ ਮਿੱਟੀ ਪਾ ਕੇ ਉੱਚਾ ਕਰਿਆ ਜਾਵੇ। ਠੀਕ, ਤੇ ਸਾਡੇ ਨਾਲ ਬਜ਼ੁਰਗ ਵੀ ਨੇ ਦੋਸਤੋ, ਨਾਲ ਨਾਲ ਅਸੀਂ ਪਿੰਡ ਦਾ ਇਤਿਹਾਸ ਵੀ ਦੱਸ ਰਹੇ, ਨਾਲ ਨਾਲ ਸਮੱਸਿਆਵਾਂ ਵੀ ਜਾਣ ਰਹੇ ਹਾਂ ਵੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੈਗੀਆਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ? ਬਹੁਤ ਬਹੁਤ ਮਿਹਰਬਾਨੀ। ਠੀਕ ਹੈ ਜੀ, ਬਜ਼ੁਰਗ ਹੈਗੇ ਹੋ ਤਾਂ ਪਿੰਡ ਬਾਰੇ ਵੀ ਜ਼ਿਆਦਾ ਜਾਣਦੇ ਹੋਣਗੇ, ਤੇ ਕਿੰਨੀਆਂ ਕੁ ਸਮੱਸਿਆਵਾਂ ਹੈਗੀਆਂ ਨੇ ਪਿੰਡ ਦੇ ਵਿੱਚ, ਕਦੋਂ ਵਸਿਆ ਸੀਗਾ, ਕੀ ਕਿੰਨੀ ਕੁ ਜਾਣਕਾਰੀ ਹੈਗੀ ਹੈ? ਵਸੇ ਹੁਣ ਮੈਨੂੰ ਪੂਰਾ ਧਿਆਨ ਨਹੀਂ ਗਾ, ਪਰ ਸਮੱਸਿਆ ਦਾ ਹੁਣ ਦੱਸੀ ਨਹੀਂ ਵੀ ਦਾਣਾ ਮੰਡੀ ਹੈਗੀ। ਤੇ ਫਲੋਰ ਸਿੰਘ ਸਰਪੰਚ ਨੇ ਪਹਿਲਾਂ ਅਸੀਂ ਛੱਪੜ ਹੁੰਦਾ ਸੀ ਪੁਰਾਣਾ। ਠੀਕ ਹੈ, 12-12 ਫੁੱਟ ਮਿੱਟੀ ਪਾ ਕੇ ਇੰਨੇ ਡੂੰਘੇ ਟੋਏ ਸੀਗੇ। ਠੀਕ ਹੈ, ਤੇ ਇਹ ਪਰਸੀ ਪਾ ਕੇ ਤੇ ਫਿਰ ਅਸੀਂ ਆਹ ਮੰਡੀ ਬਣਾਈ ਹੈ। ਠੀਕ ਹੈ, ਉਹ ਪਿੰਡ ਨੇ ਕਰਿਆ ਕੰਮ, ਪਿੰਡ ਨੇ ਮਿੱਟੀ ਪਾਈ ਹੈ। ਠੀਕ ਹੈ, ਇੱਟਾਂ ਸਰਕਾਰ ਨੇ ਦੇਤੀਆਂ, ਬਣ ਗਈ, ਮੁੜ ਕੇ ਕਿਸੇ ਨੇ ਸੰਭਾਲੀ। ਠੀਕ ਹੈ, ਕਿੰਨੇ ਕੁ ਇੱਥੇ ਮਤਲਬ ਕਿਸਾਨ ਆਉਂਦੇ ਨੇ ਆਪਣੇ ਇੱਥੇ ਪਿੰਡ ਦੇ ਜਾਂ ਕੋਈ ਹੋਰ ਨਾਲ ਵਾਲੇ ਪਿੰਡਾਂ ਦੇ ਵੀ ਆਉਂਦੇ ਇੱਥੇ? ਆ ਜਾਂਦੇ, ਪਹਿਲਾਂ ਰਾਜਸਥਾਨ ਦੇ ਵੀ ਆ ਜਾਂਦੇ ਸਾਰੇ। ਠੀਕ ਹੈ ਜੀ, ਠੀਕ ਹੈ ਜੀ, ਰਾਮਪੁਰੇ ਦੇ ਵੀ ਆਉਂਦੇ ਸੀ। ਠੀਕ ਹੈ ਜੀ, ਪਿੰਡਪੁਰੇ ਦੇ ਵੀ ਆ ਜਾਂਦੇ ਆ। ਠੀਕ ਹੈ ਜੀ, ਤੇ ਮਾਲਾ ਰਾਮਪੁਰਾ ਹੈ। ਠੀਕ ਹੈ ਜੀ, ਕਨਖੇੜਾ ਦੀਨਗੜ੍ਹ ਦੇ ਕਰਦੇ ਸੰਤਪੁਰਾ ਪਿੰਡ ਸੁਖਮੰਦਰ ਜੀ, ਹੁਣ ਆਪਾਂ 7 ਤੇ ਪਹੁੰਚ ਗਏ ਜੀ, ਪਿੰਡ ਬਹੁਤ ਸੋਹਣਾ ਹੈਗਾ ਜੀ, 7 ਬਾਰੇ ਜਾਣਕਾਰੀ ਦਿਓ, ਕਿਹਨਾਂ ਨੇ ਬਣਾਈ ਸੀ ਇਹ? 7 ਤਾਂ ਜਦੋਂ ਤੋਂ ਪਿੰਡ ਵੱਜਿਆ ਉਦੋਂ ਛੱਡੀ ਸੀ ਸਾਰੇ ਜਿਹੜੇ ਸਾਡੇ ਪਿੰਡ ਦੇ ਸਾਂਝੇ ਤੌਰ ਤੇ ਵਿਚਾਲੇ। ਠੀਕ ਹੈ ਜੀ, ਇਹ ਜਿਹੜੀ ਧਰਮਸ਼ਾਲਾ ਹੈ, ਜਦੋਂ ਪਹਿਲਾਂ ਪੰਚਾਇਤ ਸਰਪੰਚ ਬਣੇ ਹੈ, ਪਹਿਲੀ ਪੰਚਾਇਤ ਬਣੀ ਹੈ, ਉਦੋਂ ਮੇਰੇ ਦਾਦਾ ਜੀ ਅਮਰ ਸਿੰਘ ਸਰਪੰਚ ਬਣੇ ਸੀ ਪਿੰਡ ਦੇ। ਠੀਕ ਹੈ, ਉਦੋਂ ਫਿਰ ਸਾਰੇ ਪਿੰਡ ਨੇ ਰਲ ਕੇ ਤੇ ਨਖੇਰੇ ਪਿੰਡ ਤੋਂ ਗੱਡਿਆਂ ਤੇ ਇੱਟਾਂ ਲਿਆ ਕੇ ਇਹ ਧਰਮਸ਼ਾਲਾ ਉਦੋਂ ਪਹਿਲੀ ਪੰਚਾਇਤ ਵੇਲੇ ਬਣੀ ਸੀ। ਤੇ ਇਹ ਜਿਹੜੀ 7 ਹੈ, ਇਹ ਸਾਡੇ ਪਿੰਡ ਦਾ ਵਿਚਾਲਾ, ਮਤਲਬ ਇਹਦੇ ਸਾਡੇ ਸਾਰੇ ਜਿਹੜੇ ਦੂਜੇ ਭਾਈਚਾਰੇ ਸੀ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਪਾਇਆ ਸੀ, ਜਿਵੇਂ ਪੰਡਤ ਸੀ, ਸੇਠ ਸੀਗੇ, ਮਿਸਤਰੀ ਸਿੱਖ ਸੀਗੇ, ਆਪਣੇ ਮਹਿਰੇ ਸਿੱਖ ਸੀ, ਪਾਣੀ ਪਾਉਣ ਵਾਲੇ ਕੀ ਵਿਚਾਲੇ ਵਾਏ ਹੋਏ ਸੀ ਸਾਰੇ ਪਿੰਡ ਦੇ, ਚਾਰ ਪੱਤੀਆਂ ਸਾਡੇ ਪਿੰਡ। ਇਹ ਡਾਕਖਾਨਾ ਬਣਿਆ ਇੱਥੇ? ਇਹ ਡਾਕਖਾਨਾ ਜੀ। ਠੀਕ ਹੈ, ਦਾਦੇ ਨੇ ਬਣਵਾਏ ਸੀ ਅਮਰਪੁਰ। ਠੀਕ ਹੈ ਜੀ, ਇਹ ਪੂਰਨਪੁਰ ਕਿਉਂ ਲਿਖਿਆ ਹੋਇਆ? ਇੱਥੇ ਫਿਲਮ ਦੀ ਸ਼ੂਟਿੰਗ ਹੋਈ ਸੀ ਜੀ ਇੱਥੇ। ਅੱਛਾ ਜੀ, ਪਿੱਛੇ ਇੱਕ, ਅੱਛਾ ਜੀ, ਇੱਕ ਯੂਪੀ ਦਾ ਸੀਨ ਵਿਖਾਇਆ ਸੀ ਉਹਦੇ ਕਰਕੇ ਲਿਖਿਆ। ਠੀਕ ਹੈ ਜੀ, ਤੇ 7 ਦੇ ਵਿੱਚ ਕਿੰਨੇ ਕਮਰੇ ਕਮਰੇ ਕੀ ਬਣਿਆ ਹੋਇਆ? ਇੱਥੇ ਕਮਰੇ ਹੈਗੇ 5-6 ਕਮਰੇ ਹੈਗੇ, ਬਰਾਂਡੇ ਬਣੇ ਵੇ। ਠੀਕ ਹੈ, ਦਿਖਾ ਦਈਏ ਆਪਾਂ ਜੀ। ਹਾਂਜੀ ਹਾਂਜੀ, ਲਾਇਬ੍ਰੇਰੀ ਬਣੀ ਇੱਥੇ, ਕਿਤਾਬਾਂ ਜੀ ਹੁਣ ਬੱਚੇ ਪੜ੍ਹਦੇ ਆ ਜੀ। ਠੀਕ ਹੈ, ਤੇ ਬਕਾਇਦਾ ਤੌਰ ਤੇ ਲੈਟਰ ਬਾਥਰੂਮ ਇੱਥੇ, ਜਿਹੜੇ ਵੀ ਕੋਈ ਇੱਥੇ ਦੁਕਾਨਾਂ ਤੇ ਆਪਣੇ ਕੰਮ ਕਰਦੇ ਆ ਜਿਹਨਾਂ ਨੂੰ ਜਗ੍ਹਾ, ਉਹ ਸਹੂਲਤਾਂ ਵਾਸਤੇ ਹੈ। ਬਾਕੀ ਕਮਰੇ ਆ, ਬਰਾਂਡੇ ਆ, ਪੁਰਾਣੇ ਸਮੇਂ ਦੇ ਵਿੱਚ ਬਰਾਤਾਂ ਵੀ ਇੱਥੇ ਬੰਦੀਆਂ ਹੁੰਦੀਆਂ ਸੀ। ਠੀਕ ਹੈ, ਹੁਣ ਤਾਂ ਪੁਰਾਣਾ ਮਾਡਲ ਤਾਂ ਬਦਲ ਗਿਆ, ਨਵਾਂ ਮਾਡਲ ਆ ਗਿਆ, ਮਤਲਬ ਹੁਣ ਤਾਂ ਪੈਲੇਸ ਵਗੈਰਾ ਹੋ ਗਏ, ਹੁਣ ਤਾਂ ਬਰਾਤਾਂ ਹੋ ਗਈਆਂ, ਪਰ ਗਰੀਬ ਬੰਦਿਆਂ ਦੀ ਹੁਣੇ ਵੀ ਆਉਂਦੀ ਹੋਣੀ। ਹਾਂ ਜੀ, ਕੋਈ ਵਰਤਦਾ ਕੋਈ ਗੱਲ ਨਹੀਂ, ਵਰਤਦੀ ਚੰਦ ਹੈਗੀ, ਆ ਜਾਣ ਭਾਵੇਂ ਕੋਈ ਵਿਆਹ ਕਰ ਲਏ, ਕੁਛ ਵੀ ਹੈ, ਤੇ ਸਾਰੇ ਪਿੰਡ ਦੀ ਸਾਂਝੀ ਹੈ, ਕੋਈ ਇੱਥੇ ਭੇਦਭਾਵ ਨਹੀਂ। ਕੋਈ ਕੈਂਪ ਕੁੰਪ ਵੀ ਲੱਗਦੇ ਹੋਣਗੇ? ਹਾਂ ਜੀ, ਲੱਗੇ ਆ ਜੀ, ਹਾਂ ਲੱਗੇ ਆ ਜੀ ਇੱਥੇ, ਕੈਂਪ ਵੀ ਲੱਗੇ। ਠੀਕ ਹੈ, ਅੱਖਾਂ ਦੇ ਕੈਂਪ ਲੱਗੇ ਹੋਰ ਲੱਗੇ। ਇਹ ਵੀ 19 ਪੁਰਾਣੀ ਹੈ ਜੀ, 19 ਪੱਥਰ ਲੱਗਿਆ ਦਾ ਜੀ? ਨਹੀਂ, ਇਹ ਪੁਰਾਣੀ ਸਨ, ਇਹ ਜਦੋਂ ਪਹਿਲਾਂ ਪੰਚਾਇਤ ਬਣੀ 1960 ਤੋਂ ਪਹਿਲਾਂ ਦੀ ਲਗਭਗ ਉਦੋਂ ਦੀ ਬਣੀ। ਠੀਕ ਹੈ ਜੀ, ਪਹਿਲੇ ਪੰਚਾਇਤ। ਠੀਕ ਹੈ ਜੀ, ਬਾਅਦ ਦੇ ਵਿੱਚ ਇਹਦਾ ਕੋਈ ਪੁਨਰ ਨਿਰਮਾਣ ਦਾ ਪੈਸਾ ਦਿੱਤਾ ਹੁੰਦਾ ਹੈ। ਠੀਕ ਹੈ ਜੀ, ਠੀਕ। ਤੇ ਦੋਸਤੋ, ਆਪਣੇ ਨਾਲ ਨੇ ਦੇਸ਼ਰਾਜ ਸ਼ਰਮਾ ਜੀ, ਇਹਨਾਂ ਦੇ ਬਜ਼ੁਰਗ ਵੀ ਉਦੋਂ ਹੀ ਆਏ ਸੀਗੇ ਜਦੋਂ ਇਹ ਪਿੰਡ ਵਸਿਆ ਸੀਗਾ, ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਲੈਂਦੇ ਹਾਂ। ਹਾਂਜੀ ਸਰ, ਉਹ ਕੀ ਸੀ ਜੀ, ਬਰਾੜ ਵੀ ਬਰਾਬਰ ਆਏ ਹੈ ਜੀ, ਮਿਸਤਰੀ, ਮਹਿਰੇ ਸਿੱਖ, ਸੋਨੀ, ਸੇਠ,
ਤੇ ਮਜ਼ਹਬੀ ਸਿੱਖ ਬਰਾਬਰ ਆਏ ਆਪਣੇ। ਠੀਕ ਹੈ, ਰਾਮਗੜੀਏ ਜਿਹਨੂੰ ਆਦੇ ਹੈਗੇ। ਠੀਕ ਹੈ ਜੀ, ਵਧੀਆ ਸਾਡਾ ਪਿੰਡ 'ਚ ਭਾਈਚਾਰਾ, ਕੋਈ ਇਹ ਨਹੀਂ ਜਾਤਵਾਦ ਦਾ ਕੁਛ ਵੀ ਨਹੀਂ। ਠੀਕ ਹੈ, ਜਿਹਦੇ 'ਚੋਂ ਕਿਸੇ ਰਾਮ ਸਰਨ ਪੰਡਿਤ ਸੀ ਉਹਨੂੰ ਅੱਗਾ ਦੇਤਾ ਸੀ ਪਿੰਡ ਦਾ ਨਕਸ਼ਾ ਕੱਟਣ ਵਾਸਤੇ। ਠੀਕ ਹੈ, ਉਹਨਾਂ ਨੇ ਇਹੋ ਜਿਹਾ ਨਕਸ਼ਾ ਕੱਟਿਆ, ਕਿਸੇ ਗਲੀ ਜਾਓ ਪਾਰ ਜਾਓ ਪਿੰਡ 'ਚੋਂ। ਠੀਕ ਹੈ ਜੀ, ਤੇ ਅੱਜ ਵੀ ਉਵੇਂ ਆ। ਅੱਜ ਵੀ ਉਵੇਂ। ਠੀਕ ਹੈ ਜੀ, ਤੇ ਵਧੀਆ ਸਹਿਯੋਗ ਨਾਲ ਪਿੰਡ ਦਾ ਨਾ ਮੇਲ ਮੰਨ ਲਓ ਪੂਰਾ ਹੈ ਸਾਡਾ। ਠੀਕ ਹੈ, ਇਹੀ ਗੱਲ ਹੈ ਜੀ। ਅਮੀਰਾਬੀ ਵੀ ਬਜ਼ੁਰਗਾਂ ਨੇ ਕਰੀ ਹੈ, ਤੇ ਇਹਨਾਂ ਨੇ ਇਹ ਨਹੀਂ ਸੋਚਿਆ ਸੀ ਬਰਾੜਾਂ ਨੇ ਵੀ ਇਹ ਪੰਡਿਤ ਹੈ ਜਾਂ ਅਸੀਂ ਬਰਾੜ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਸਾਡਾ ਭਾਈਚਾਰਾ ਵਧੀਆ ਨਹੀਂ ਵੀ ਆ। ਠੀਕ ਹੈ ਜੀ, ਕੋਈ ਜਾਤ ਪਾਤ ਦਾ ਕੁਛ ਨਹੀਂ, ਬਿਲਕੁਲ ਹੀ ਨਹੀਂ, ਬਿਲਕੁਲ। ਗੁਰੂ ਘਰ ਵੀ ਇੱਕ ਹੈ। ਠੀਕ ਹੈ ਜੀ, ਮੰਦਰ ਵਗੈਰਾ ਬਰਾਬਰ ਉਹਨਾਂ ਦੀ ਮਾਨਤਾ ਹੁੰਦੀ ਹੈ। ਠੀਕ ਹੈ, ਇਹ ਨਹੀਂ ਸੋਚਦੇ ਲੋਕ ਵੀ ਇਹ ਗੁਰੂ ਘਰ ਆ ਇਹ ਮੰਦਰ ਹੈ। ਠੀਕ ਹੈ, ਬਹੁਤ ਸੋਹਣੀ ਵਿਚਾਰ ਹੈ ਲੋਕ। ਸ਼ਮਸ਼ਾਨ ਘਾਟ, ਸ਼ਮਸ਼ਾਨ ਘਾਟ ਉਹ ਵੀ ਇੱਕੋ ਹੀ ਇੱਕੋ ਹੀ ਇੱਕੋ। ਠੀਕ, ਸਭ ਸਾਂਝਾ ਜੀ, ਕੋਈ ਜਾਤ ਪਾਤ ਨਹੀਂ। ਠੀਕ, ਕੋਈ ਵੀ ਬਹੁਤ ਵਧੀਆ ਮੇਲ ਵਰਤਾ। ਠੀਕ, ਦੋਸਤੋ ਇਸ ਪਿੰਡ ਦੇ ਵਿੱਚ ਪਹਿਲਾਂ ਮੁਸਲਮਾਨ ਭਾਈਚਾਰਾ ਵੀ ਰਹਿੰਦਾ ਸੀਗਾ, ਹੁਣ ਇੱਕਾ ਦੁੱਕਾ ਲੋਕ ਰਹਿੰਦੇ ਨੇ, ਲੇਕਿਨ ਮਸਜਿਦ ਅੱਜ ਵੀ ਹੈਗੀ ਆ। ਤੁਸੀਂ ਮੇਰੇ ਮਗਰ ਵੇਖ ਰਹੇ ਹੋ, ਮਸਜਿਦ ਉਸੇ ਤਰ੍ਹਾਂ ਹੀ ਖੜੀ ਹੈ। ਕਰੀਬ ਕਰੀਬ 150 ਸਾਲ ਪੁਰਾਣਾ ਪਿੰਡ। ਹੋਰ ਜਿਹੜੀ ਇੱਥੋਂ ਦੀ ਵਿਰਾਸਤ ਬਾਰੇ ਗੱਲ ਕਰੀਏ ਤਾਂ ਦੋਸਤੋ, ਕੱਚੀਆਂ ਛੱਤਾਂ ਵੀ ਤੁਸੀਂ ਦੇਖ ਸਕਦੇ ਹੋ। ਆਹ ਦੇਖੋ, ਲੇਪਣ ਮਾਰਿਆ ਹੋਇਆ ਛੱਤਾਂ, ਸ਼ਹਿਰਾਂ ਵਿੱਚ ਤਾਂ ਕਿਤੇ ਨਹੀਂ ਦਿਖਦੀਆਂ। ਅੱਜ ਕੱਲ੍ਹ ਹਰੇਕ ਜਗ੍ਹਾ ਟਾਈਲਾਂ ਲਗਾਉਣ ਦਾ ਰਿਵਾਜ ਆ ਗਿਆ ਹੈ, ਹੁਣ ਤਾਂ ਸੈਰਾਮਿਕ ਟਾਈਲ ਲਗਾਉਣ ਦਾ ਰਿਵਾਜ ਆ ਗਿਆ, ਲੇਕਿਨ ਇੱਥੇ ਕੱਚੀਆਂ ਛੱਤਾਂ ਵੀ ਤੁਸੀਂ ਦੇਖ ਸਕਦੇ ਹੋ, ਕੱਚੀਆਂ ਛੱਤਾਂ ਵੀ ਹੈਗੀਆਂ ਨੇ। ਇਹ ਪਿੰਡ ਬਹੁਤ ਆਪਣੀ ਵਿਰਾਸਤ ਨੂੰ ਸਾਂਭੀ ਬੈਠਾ ਹੈ, ਬੜਾ ਅੱਛਾ ਹੈ। ਤੁਸੀਂ ਇਹ ਦੇਖੋ, ਹੁਣ ਆਪਾਂ ਮਸਜਿਦ ਦੇ ਅੰਦਰ ਚੱਲਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ। ਇੱਥੇ ਸਾਰੇ ਭਾਈਚਾਰੇ ਪਹੁੰਚੇ, ਇੱਥੇ ਇਹ ਮਸਜਿਦ ਨੂੰ ਹੁਣੇ ਵੀ ਸੰਭਾਲਿਆ ਜਾ ਰਿਹਾ। ਤੁਸੀਂ ਦੇਖੋ ਵੀ ਨਵਾਂ ਪਲਸਤਰ ਕੀਤਾ ਗਿਆ ਹੈ, ਅਤੇ ਹੁਣੇ ਵੀ ਜਿੰਨੇ ਵੀ ਲੋਕ ਹੈਗੇ ਆ ਉਹ ਸਾਂਭ ਸੰਭਾਲ ਕਰਦੇ ਹੈ। ਹਾਲਾਂਕਿ ਇੱਕਾ ਦੁੱਕਾ ਲੋਕ ਨੇ, ਇਸ ਕਰਕੇ ਤੁਸੀਂ ਦੇਖੋ ਵੀ ਕੰਸਟਰਕਸ਼ਨ ਜਿਹੜੀ ਹੈ ਹੌਲੀ ਹੌਲੀ ਕਰਕੇ ਚੱਲ ਰਹੀ ਹੈ, ਇੱਕਦਮ ਕੰਸਟਰਕਸ਼ਨ ਨਹੀਂ ਹੋ ਰਹੀ, ਕਿਉਂਕਿ ਜਿੰਨਾ ਕੁ ਫੰਡ ਆਉਂਦਾ ਉਹਦੇ ਹਿਸਾਬ ਨਾਲ ਕੰਸਟਰਕਸ਼ਨ ਹੁੰਦੀ ਹੈ। ਆਪਾਂ ਥੱਲੇ ਚੱਲਦੇ ਹਾਂ, ਮਸਜਿਦ ਦੇ ਵਿੱਚ ਦਿਖਾਉਂਦੇ ਹਾਂ ਤੁਹਾਨੂੰ ਵੀ ਮਸਜਿਦ ਕਿੰਨੀ ਕੁ ਪੁਰਾਣੀ ਹੈਗੀ ਹੈ, ਅਤੇ ਭਾਈਚਾਰੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਅਤੇ ਦੋਸਤੋ, ਇੱਥੇ ਪਿੰਡ ਵਾਸੀ ਹੋਰ ਵੀ ਮੌਜੂਦ ਨੇ, ਇੱਥੇ ਮਸਜਿਦ ਹੈਗੀ ਹੈ। ਫਿਲਹਾਲ ਪਿੰਡ ਦੇ ਵਿੱਚ ਜਿਵੇਂ ਦੱਸਿਆ ਗਿਆ ਸਾਨੂੰ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਇੱਥੇ ਨਹੀਂ ਹੈਗੇ, ਲੇਕਿਨ ਇਸ ਮਸਜਿਦ ਦੀ ਸਾਂਭ ਸੰਭਾਲ ਕੌਣ ਕਰਦੇ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਗੁਰਦੀਪ ਸਿੰਘ, ਪਿੰਡ ਬਜੀਤਪੁਰ ਭੋਮਾ ਜੀ। ਇਹ ਜਗ੍ਹਾ 1947 'ਚ ਸਰਦਾਰ ਪ੍ਰੇਮ ਸਿੰਘ ਅਤੇ ਪਿਤਾ ਜੀ ਉਹਦੇ ਅਤਰ ਸਿੰਘ, ਉਹਨਾਂ ਨੇ ਇਹ ਜਗ੍ਹਾ 9 ਮਰਲੇ ਜਗ੍ਹਾ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਸੀਗੀ ਜੀ, ਅਤੇ 1947 'ਚ ਬਣ ਕੇ ਤਿਆਰ ਹੋ ਗਈ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਸੰਭਾਲ ਜਿਹੜੀ ਇਹਦੀ ਦੇਖਭਾਲ ਅਸੀਂ ਕਰਦੇ ਰਹੇ ਜੀ। ਠੀਕ ਹੈ, ਅਤੇ ਉਦੋਂ ਬਾਅਦ ਅਸੀਂ ਬੱਕ ਬੋਰਡ ਵਾਲੇ ਆਏ ਸੀਗੇ, ਉਦੋਂ ਬਾਅਦ ਮੈਂ ਲਿਖ ਕੇ ਕਲੱਬ ਨੂੰ ਦਿੱਤੀ ਸੀ। ਠੀਕ ਹੈ ਜੀ, ਹੁਣ ਕੌਣ ਸਾਂਭਦਾ ਜੀ? ਹੁਣ ਮੌਕੇ 'ਤੇ ਮੁਸਲਮਾਨ ਭਾਈਚਾਰਾ ਆਉਂਦਾ ਜੀ। ਠੀਕ ਹੈ ਜੀ, ਹਾਂ ਅਸੀਂ ਲਿਖ ਕੇ ਦਿੱਤਾ ਸੀਗਾ। ਉਸ ਕਰਕੇ ਫਿਰ ਅਸੀਂ ਚੌਂਕੀ 'ਚ ਜਾ ਕੇ ਲਿਖ ਕੇ ਦੇਤਾ ਸੀਗਾ ਵੀ ਹੁਣ ਵੀ ਇਹਨੂੰ ਤਾਲਾ ਲਾ ਕੇ ਵੀ ਭਾਈਚਾਰਾ ਮੁਸਲਮਾਨ ਭਾਈਚਾਰਾ ਆਵੇ, ਚਾਹੇ ਕੋਈ ਬੈਠੇ ਸਾਂਝਾ ਬੰਦਾ। ਠੀਕ ਹੈ, ਸਾਹਮਣਾ ਮਤਲਬ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਜੋ ਕਿੰਨੂਆਂ ਦੇ ਠੇਕੇ ਠੁਕੇ ਲੈਣ। ਹਾਂਜੀ ਹਾਂਜੀ, ਮੁਸਲਮਾਨ ਆਉਂਦੇ ਭਾਈਚਾਰਾ, ਬਹੁਤ ਵਧੀਆ, ਮੇਰੇ ਕੋਲ ਵੀ ਜਾਂਦੇ ਉੱਥੇ, ਜਾਂਦੇ ਜੀ ਮੇਰੇ ਕੋਲ, ਉੱਥੇ ਟਾਣੀ ਵੀ ਜਾਂਦੇ ਜੀ। ਹਾਂ, ਬਾਅਦ 'ਚ ਆਹ ਬਾਥਰੂਮ ਉਹਨਾਂ ਨੇ ਬਣਾਇਆ ਜੀ, ਆਹ ਗੇਟ ਗੂੜ ਅਸੀਂ, ਅਤੇ ਮਗਰਲੀ ਸਾਈਡ ਉਹ ਜਿਹੜਾ ਜਿੱਥੇ ਨਮਾਜ਼ ਪੜ੍ਹਦੇ ਸੀ ਉਹ ਗੁਰਮਤ ਟੁੱਟ ਗਿਆ ਸੀਗਾ, ਉਹ ਆ ਸਾਡੇ ਪ੍ਰਧਾਨ ਜੀ ਨੇ ਅਤੇ ਅਸੀਂ ਤਿਆਰ ਕਰਾਇਆ ਸੀਗਾ ਜੀ।
ਪੰਚਾਇਤ ਨਗਰ ਬਹੁਤ ਪੁਰਾਣੇ 15-30 ਸਾਲ ਤੋਂ ਪਾਣੀ ਪਿਆ ਰਹੇ ਹੈ, ਬੱਸਾਂ ਸੇਵਾ ਚੱਲਦੀ ਰਹਿੰਦੀ ਹੈ। ਘੜਿਆਂ ਦਾ ਪਾਣੀ ਹੈ ਜੀ ਸਾਦਾ ਤੇ ਠੰਡਾ, ਸ਼ਾਮ ਨੂੰ ਭਰਦੇ ਆ ਜੀ, ਧੋ ਕੇ ਇਹਨਾਂ ਨੂੰ ਸਾਰਿਆਂ ਨੂੰ ਤੜਕੇ, ਜਿੰਨੇ ਬੱਸਾਂ ਵਾਲੇ ਆਉਂਦੇ ਆ, ਕਿੰਨੇ ਵੀ ਟਾਈਮ ਆਉਂਦੇ ਆ, ਸਾਰਿਆਂ ਨੂੰ ਪਾਣੀ ਵਰਤਾਇਆ ਜਾਂਦਾ ਹੈ। ਹਰ ਇੱਕ ਬੰਦਾ ਖੁਸ਼ ਹੋ ਕੇ ਪੀਂਦਾ, ਬਹੁਤ ਸਾਫ ਸੁਥਰਾ ਪਾਣੀ ਹੈ ਤੇ 35-40 ਸਾਲ ਹੋ ਗਏ ਜੀ ਇਸ ਪਾਣੀ ਚੱਲਦੇ ਨੂੰ, ਪਹਿਲਾਂ ਤੋਂ ਹੀ ਚੱਲੀ ਜਾਂਦਾ, ਉਵੇਂ ਪਰੰਪਰਾ ਪਹਿਲਾਂ ਦੀ ਬੁੜਿਆਂ ਦੀ ਚੜਾਈ ਵੀ ਉਹ ਵੀ ਚੱਲੀ ਜਾਂਦੀ ਹੈ। ਹਾਂ, ਘਨੱਈਆ ਸੇਵਾ ਜੀ ਇਹ, ਤੇ ਬਜ਼ੁਰਗਾਂ ਤੋਂ ਚਲਾਈ ਵੀ ਹੈ, ਉਹ ਵੀ ਚੱਲੀ ਜਾਂਦੀ ਹੈ ਤੇ 12 ਮਹੀਨੇ 30 ਦਿਨ ਚੱਲਦੀ ਹੈ, ਬਸ ਸਿਆਲ 'ਚ 2 ਕੁ ਮਹੀਨੇ ਰੁਕਦਾ ਤੇ ਚੱਲੀ ਜਾਣਾ। ਤੌੜੇ ਇੱਥੇ ਤੁਹਾਨੂੰ ਭਰੇ ਮਿਲਣਗੇ, ਕਦੋਂ ਵੀ ਆਓ, ਸਿਆਲ 'ਚ ਆਓ, ਹਾੜ 'ਚ ਆਓ, ਕਦੋਂ ਵੀ ਆਓ, ਪਾਣੀ ਤੁਹਾਨੂੰ ਭਰਿਆ ਹੀ ਮਿਲੂਗਾ ਤੌੜਿਆਂ 'ਚ। ਇੱਥੇ ਇੱਕ ਪਾਸੇ ਲੋਕ ਮਹਿੰਦਰ ਦਾ ਪਾਣੀ ਪੀ ਰਹੇ ਨੇ, ਦੂਜੇ ਪਾਸੇ ਮਟਕੇ ਦਾ ਪਾਣੀ ਪਿਲਾਇਆ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਪੁਰਾਣੇ ਰੀਤੀ ਰਿਵਾਜ਼? ਇਹ ਪੁਰਾਣੇ ਜੀ ਰੀਤੀ ਰਿਵਾਜ਼ ਹੀ ਆ, ਬਸ ਪੁਰਾਣਾ, ਹਰ ਇੱਕ ਬੰਦਾ ਚਾਹ ਕੇ ਪੀਂਦਾ ਜੀ। ਹਾਂ, ਲੋਕਾਂ ਦਾ ਚਲਾਇਆ ਹੋਇਆ ਇਹ, ਤੇ ਬਹੁਤ ਚੰਗਾ ਪਾਣੀ ਹੈ, ਗੁਰੂ ਘਰ ਦੀ ਸੇਵਾ ਹੈ, ਗੁਰੂ ਘਰ ਦੀ ਮਾਰਫਤ 'ਚ ਹੀ ਚੱਲਦਾ ਜੀ ਇਹ ਲੰਗਰ ਚੱਲਦਾ ਹੈ, ਬੰਦਾ ਇੱਥੋਂ ਲੰਗਰ ਵੀ ਛਕਦਾ, ਚਾਹ ਪਾਣੀ ਵੀ ਛਕਦਾ ਤੇ ਖੁੱਲ੍ਹਾ ਪ੍ਰੋਗਰਾਮ ਚੱਲਦਾ ਇੱਥੇ ਗੁਰੂ ਘਰ। ਕੋਈ ਵੇਲੇ ਆਵੇ, ਇੱਕ ਵੇਲੇ ਆਵੇ, ਬੰਦੇ ਪਾਸੋਂ ਆਏ ਵੀ ਠਹਿਰਦੇ ਹੈ ਤਾਂ ਰਾਤ ਵੀ ਕੱਟਦੇ ਹੈ, ਉਹਨਾਂ ਵਾਸਤੇ ਰਹਿਣ ਦਾ ਪ੍ਰਬੰਧ ਵੀ ਹੈ ਪੂਰਾ। ਤੁਸੀਂ ਵੇਖ ਰਹੇ ਹੋ ਖੂਹ ਹੈਗਾ, ਪਹਿਲਾਂ ਤੋਤਾਂ ਵਾਲਾ ਖੂਹ ਇੱਕ ਨਾਵਲ ਆਇਆ ਸੀਗਾ, ਬੜਾ ਮਸ਼ਹੂਰ ਹੋਇਆ, ਲੇਕਿਨ ਹਰ ਪਿੰਡ ਦੇ ਵਿੱਚ ਖੂਹ ਹੈਗਾ ਤੇ ਆਹ ਜਿਹੜੇ ਖੂਹ ਦੇ ਉੱਪਰ ਅਸੀਂ ਖੜੇ ਹਾਂ, ਇਹਦਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਹੈਗਾ। ਇੱਥੋਂ ਦੇ ਪਿੰਡ ਵਾਸੀ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕਰੀਬ 160-162 ਸਾਲ ਪੁਰਾਣਾ ਇਹ ਪਿੰਡ ਹੈ ਤੇ ਇਸ ਪਿੰਡ ਦੀ ਨੀਂਹ ਕਿੰਨੇ ਰੱਖੀ ਸੀ ਤੇ ਖੂਹ ਕਦੋਂ ਬਣਿਆ ਸੀ, ਇਹਦੀ ਰੈਨੋਵੇਸ਼ਨ ਕਦੋਂ ਹੋਈ ਸੀ, ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਨਾਲ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਨਾਲ ਨੇ ਸੁਖਵਿੰਦਰ ਜੀ, ਇਹਨਾਂ ਨਾਲ ਗੱਲਬਾਤ ਕਰਾਂਗੇ, ਕਿਸਾਨ ਯੂਨੀਅਨ ਦੇ ਲੀਡਰ ਨੇ। ਸਵਾਗਤ ਸਰ। ਧਰਮਿੰਦਰ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਚੈਨਲ ਦੇ ਵਿੱਚ ਆਏ, ਸਾਡੇ ਨਗਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਇਹ ਖੂਹ ਬਾਰੇ ਸਾਨੂੰ ਪਤਾ ਲੱਗਿਆ ਤੇ ਅੱਜ ਅਸੀਂ ਆ ਗਏ ਵੀ 150+ ਸਾਲ ਪੁਰਾਣਾ ਹੈਗਾ। ਹਾਂਜੀ। ਪਿੰਡ ਕਿੰਨਾ ਨੇ ਵਸਾਇਆ ਸੀ, ਇਹ ਕਿਵੇਂ ਖੂਹ ਦੀ ਜਿਹੜੀ ਨੀਂਹ ਕਿਵੇਂ ਰੱਖੀ ਗਈ, ਖੂਹ ਦਾ ਪਾਣੀ ਕਿਵੇਂ ਸੀ, ਕਿੰਨੇ ਲੋਕ ਇਕੱਠੇ ਹੁੰਦੇ ਸੀਗੇ, ਕੀ ਇਤਿਹਾਸ ਰਿਹਾ? ਪਿੰਡ ਬਹੁਤ ਪੁਰਾਣਾ ਵੱਜਿਆ ਹੋਇਆ ਜੀ, ਪਿੰਡ ਤਾਂ ਇਹ 1857 ਤੋਂ ਪਹਿਲਾਂ ਦਾ ਹੀ ਵੱਜਿਆ ਹੋਇਆ ਹੈ। ਠੀਕ ਹੈ ਜੀ। ਇੱਥੇ ਇੱਕ ਮਜੀਦ ਖਾਨ ਮੁਸਲਮਾਨ ਸੀ ਤੇ ਚੌਧਰੀ ਭੋਮਾ ਰਾਮ ਜੀ ਪੂਣੀਆਂ, ਉਹਨਾਂ ਦਾ ਜੱਦੀ ਪੁਸ਼ਤੀ ਪਿੰਡ ਹੈ, ਉਹਨਾਂ ਦੀ ਜ਼ਮੀਨ ਸੀ। ਠੀਕ ਹੈ। ਅਸੀਂ ਇਹਦਾ ਪਿੱਛੇ ਤੋਂ, ਸਾਡਾ ਪਿਛੋਕੜ ਪਿੰਡ ਦਵੜੀ ਖੜਾ ਹੈ। ਠੀਕ ਹੈ ਜੀ। ਉੱਥੋਂ ਆਏ ਹਾਂ ਤੇ 1857 ਦੀ ਗਦਰ ਲਹਿਰ ਦੇ ਵਿੱਚ ਅਸੀਂ ਉੱਥੇ ਜਦੋਂ ਗਦਰ ਲਹਿਰ ਦੀ ਬਗਾਵਤ ਕੀਤੀ ਹੈ ਜੀ, ਤਾਂ ਉਹਦੇ ਚੋਂ ਅਸੀਂ ਫਿਰ ਇਸ ਪਿੰਡ 'ਚ ਆ ਕੇ ਵਸਿਆ ਹੈ। ਬਾਕੀ ਕੁਛ ਸਾਡੇ ਭਾਈਚਾਰੇ ਨਾਭੇ ਪਟਿਆਲੇ ਵੱਲ, ਕੁਛ ਜੰਡ ਵਾਲਾ ਖੜਤਾ, ਕੁਛ ਥੋੜੇ ਸਮੇਂ ਤੇ ਹੋਰ ਪਿੰਡਾਂ 'ਚ ਚਲੇ ਗਏ ਸੀ, ਪਰ ਮੇਨਲੀ ਵੱਡੀ ਗਿਣਤੀ ਸਾਡੀ ਜਿਹੜੀ ਸੀ ਬਰਾੜ ਦੇ ਟਿੱਲੋਂ, ਉਹ ਅਸੀਂ ਇੱਥੇ ਆ ਕੇ ਵਸੇ ਸੀ। ਇਹ ਖੂਹ 1862-65 ਦੇ ਲਗਭਗ ਸਾਡੇ ਬਜ਼ੁਰਗਾਂ ਨੇ ਲਾਇਆ ਸੀਗਾ ਤੇ ਇਹ ਖੂਹ ਲਗਭਗ 1978-77 ਇਹ ਚੱਲਿਆ। ਵੱਟ ਵਕਤ ਬਣਿਆ ਸੀ, ਸਾਡੇ ਅਜੀਤ ਚੰਦ ਸਿੰਘ ਸਰਪੰਚ ਹੁੰਦੇ ਸੀ, ਉਸ ਤੋਂ ਬਾਅਦ ਖੂਹ ਫਿਰ ਇਹ ਬੰਦ ਹੋ ਗਿਆ। ਠੀਕ ਹੈ ਜੀ। ਕੋਈ ਸੀਗਾ ਇੱਥੇ ਵੀ ਜਾਤ ਬਰਾਦਰੀਆਂ ਦਾ, ਵੀ ਇੱਕ ਜਾਤ ਨੇ ਪਾਣੀ ਨਹੀਂ ਪੀਣਾ? ਨਹੀਂ ਨਹੀਂ, ਕੋਈ ਜਾਤ ਬਰਾਦਰੀ ਦਾ ਮਤਲਬ ਹੀ ਨਹੀਂ ਸਾਡੇ ਪਿੰਡ। ਠੀਕ ਹੈ। ਕੋਈ ਮਤਲਬ ਭੇਦਭਾਵ ਨਹੀਂ, ਬਿਲਕੁਲ ਵਧੀਆ ਸਾਡੀ ਭਾਈਚਾਰਕ ਸਾਂਝ ਹੈ ਸਾਰਿਆਂ। ਠੀਕ ਹੈ ਜੀ। ਸਾਰੀਆਂ ਜਾਤਾਂ ਨੇ ਇਸ ਪਿੰਡ? ਬਿਲਕੁਲ ਬਿਲਕੁਲ ਜੀ, ਸਾਰੇ ਪਾਣੀ ਉੱਥੋਂ ਭਰਦੇ ਸੀ, ਸਾਰੇ ਉੱਥੋਂ ਲੈ ਜਾਂਦੇ। ਠੀਕ ਹੈ ਜੀ। ਹੁਣ ਇਹ ਬੰਦ ਹੈ? ਹੁਣ ਤਾਂ ਇਹ ਬੰਦ ਹੈ ਜੀ, ਜਦੋਂ ਵਾਟਰ ਬਕਸ ਬਣ ਗਏ, ਤੁਹਾਨੂੰ ਪਤਾ ਜੀ ਇਹ ਸਿਸਟਮ ਬਿਲਕੁਲ ਬਦਲ ਗਿਆ, ਉਹਦੇ ਕਰਕੇ ਪੂਰੇ ਦੀ ਵਿਰਾਸਤ ਅਸੀਂ ਸਾਂਭ ਰੱਖੀ। ਹਾਂ ਬਿਲਕੁਲ, ਉਹ ਬੋਰਡ ਵੀ ਲੱਗਾ, ਇੱਕ ਰੈਨੋਵੇਸ਼ਨ ਹੋਈ ਹੈ, ਪੈਸੇ ਲਾਏ ਇਹਦੇ ਤੇ। ਠੀਕ ਹੈ ਜੀ, ਧੰਨਵਾਦ ਜੀ।
ਦੋਸਤੋ ਸਾਡੇ ਨਾਲ ਨੇ ਭਾਈ ਗੁਰਜੰਤ ਜੀ ਜਿਹੜੇ ਕਿ ਭਾਈ ਕਨਈਆ ਸੇਵਾ ਸੁਸਾਇਟੀ ਦੇ ਇੱਥੋਂ ਦੇ ਪ੍ਰਧਾਨ ਨੇ, ਇਹਨਾਂ ਕੋਲ ਵੀ ਇਤਿਹਾਸ ਦੀ ਬੜੀਆਂ ਜਾਣਕਾਰੀਆਂ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਤੁਹਾਨੂੰ ਇਤਿਹਾਸ ਦੀ ਜਾਣਕਾਰੀ ਦੇਵਾਂਗੇ। ਬਾਈ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ, ਹੋਰ ਠੀਕ ਹੋ? ਪਹਿਲਾਂ ਤੁਹਾਡਾ ਧੰਨਵਾਦ, ਤੁਸੀਂ ਇੱਥੇ ਪਿੰਡ ਚ ਆਪਣਾ ਕੀਰਤਨ ਕੱਢ ਕੇ ਆਏ, ਬਹੁਤ ਬਹੁਤ ਧੰਨਵਾਦ। ਹਾਂਜੀ, ਕੀ ਇਤਿਹਾਸ ਰਿਹਾ ਆਪਣੇ ਇਸ ਪਿੰਡ ਦੇ? ਜਦੋਂ ਪਿੰਡ ਦਾ ਦੇਖਿਆ ਨਾ, ਇਹ ਬਿਲਕੁਲ ਟੁੱਟ ਚੁੱਕਿਆ ਸੀਗਾ। ਠੀਕ ਹੈ। ਇੱਥੇ ਲੋਕ ਦੋ ਮੱਝਾਂ ਕੱਢਦੇ ਪਏ ਅਤੇ ਡਰਾਈ ਤੋੜ ਕੇ ਛੱਡਦੇ ਸੀਗੇ। ਠੀਕ ਹੈ। ਸਿਰਫ ਗੋਲ ਦਾਇਰਾ ਰਹਿ ਗਏ ਸਿਰਫ ਇਹਦਾ। ਠੀਕ ਹੈ ਜੀ। ਅਸੀਂ ਸੋਚਿਆ ਨਹੀਂ ਸਾਨੂੰ ਬਹੁਤ ਪਾਣੀ, ਆਪਾਂ ਨੂੰ ਸੰਭਾਲ ਗਏ ਜੀ। ਅਸੀਂ ਫਿਰ ਪਿੰਡ ਚੋਂ ਪੈਸੇ ਇਕੱਠੇ ਕੀਤੇ ਗਏ, ਇੱਕ ਸਾਨੂੰ ਮੇਰੇ ਸਾਹਮਣੇ ਗਰਾਂਟ ਮਿਲੀ ਸੀ, ਉਹ ਗਰਾਂਟ ਲਾਈ, ਫਿਰ ਅਸੀਂ ਕਲੱਬਾਂ ਨੇ ਸਾਰਿਆਂ ਨੇ ਬਚਪਨ ਦਾ ਸਹਿਯੋਗ ਲੈ ਕੇ ਅਸੀਂ ਇਹ ਤਿਆਰ ਕਰਵਾਇਆ। ਠੀਕ ਹੈ ਜੀ। ਉਹ ਫਿਰ ਕਿਰਾਇਆ ਸਾਹਿਬ ਮਿਲਾ ਕੇ ਅਸੀਂ ਇੱਕ ਉਦਘਾਟਨ ਕਰਵਾਇਆ ਇਹਦਾ। ਦੋਸਤੋ, ਅਬੋਹਰ ਦਾ ਇਹ ਪਿੰਡ ਵਜੀਦਪੁਰ ਭੌਮਾ ਭਾਵੇਂ ਆਪਣੀ ਵਿਰਾਸਤ ਸੰਭਾਲੀ ਬੈਠਾ ਹੈ, ਪਰ ਇਸ ਪਿੰਡ ਨੂੰ ਹੁਣੇ ਵੀ ਵਿਕਾਸ ਦੀ ਲੋੜ ਹੈ। ਪਿੰਡ ਵਿੱਚ ਕਈ ਥਾਈਂ ਗਲੀਆਂ ਕੱਚੀਆਂ ਹਨ ਅਤੇ ਕਈ ਥਾਈਂ ਨਾਲੀਆਂ ਅਤੇ ਸੀਵਰੇਜ ਨਹੀਂ ਬਣਿਆ, ਪਰ ਫਿਰ ਵੀ ਪਿੰਡ ਬਹੁਤ ਸੋਹਣਾ ਹੈ। ਜੇ ਕਦੇ ਪਿੰਡ ਘੁੰਮਣ ਦਾ ਮੌਕਾ ਮਿਲੇ ਤਾਂ ਇੱਕ ਵਾਰੀ ਵਜੀਦਪੁਰ ਭੌਮਾ ਜ਼ਰੂਰ ਵੇਖਣਾ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।